स्वागत। मैं हरजिंदर सिंह रंधावा, तुसीं देख रहे हो पंजाब टैलीविजन, और मेरे नाल ने सीनियर जर्नलिस्ट मनप्रीत रंधावा। मनप्रीत जी वेलकम। बहुत बहुत धन्यवाद ਤੁਹਾਡਾ ਰੰਧਾਵਾ ਜੀ। ਮਕਬੂਲ ਗੀਤਾ ਪੰਜਾਬੀ ਦਾ ਮਨਪ੍ਰੀਤ ਜੀ, ਸਾਨੂੰ ਪੱਕੀਆਂ ਰਿਪੋਰਟਾਂ ਨੇ ਤੇ ਭਰ ਜਵਾਨੀ 'ਚ ਗੁਰਪਾਲ ਮਟਿਆਰ ਦਾ ਉਹ ਵੀ ਗੀਤ ਲਫ਼ਜ਼ਾਂ ਦੇ ਰੂਪ 'ਚ ਗੂੰਜਦਾ ਰਹਿੰਦਾ ਹੈ ਕਿ ਖੁਫੀਆ ਰਿਪੋਰਟ ਆਈ ਸੱਜਣਾ ਜਿੱਥੇ 'ਚ ਤੂੰ ਕਰਾਇਆ ਜਾ ਕੇ ਵਿਆਹ ਵੇ। ਅੱਜ ਖੁਫੀਆ ਰਿਪੋਰਟਾਂ ਤੇ ਚੱਲਦੇ ਆ। ਨਾ ਖੁਸ਼ ਨੇ ਸੁਨੀਲ ਜਾਖੜ, और अज दे दिन ची सुखबीर बादल का भी पता लग जाना कि वह कित्थे खड़े ने। अज एक फैसला हो सकता नॉमीनेशन का। अज ही एक होर खबर है खुफिया, जिहदे च ढींडसा प्यो पुत दो वक्रियां धरावां च बह रहे ने, अंदर सब अच्छा नहीं। ते एक होर खुफिया रिपोर्ट है कि किसी दिन भी बाबा बोर्ड सियासत दे सदा प्रकाश सिंह बादल ब्रह्मपुरा नाल चाह दियां चुस्कियां ते हाल चाल पुछण वर्गी कवायद च शामिल हो सकते हैं। लेकिन एक जारा रिपोर्ट आ कि माणयोग उच्च अदालत ने नशियां दे मामले दे विच बहुत सारे तथ्य साफ करते आ, तथ्य साफ ही नहीं किते। जिहड़े कटहरे च कैप्टन अमरिंदर सिंह ने उसे विच ही डिप्टी मुख्यमंत्री ते मुख्यमंत्री खिलार ते, हुण किहड़ा राह चुणोगे। इसे तरह की एक होर रिपोर्ट है कि भारतीय जनता पार्टी अपने आप नूं अगे वधाउण लई पंजाब दे पैकेज दे उत्ते नजर टका के बहिगी। सब तो वड्डा पैकेज कि पंजाब सिर 4 लाख करोड़ का कर्जा साढ़े बिना कौन ला सकता। पंजाब की इंडस्ट्री जिहड़ी गुआंढी सूबियां नूं रातां रियायतां करके शिफ्ट हो गई, उहदे फैसले केंद्र तो बिना कौन कर सकता। ते दूजे सूबियां च चलते सिख मामलियां नूं साढ़े बिना कौन हल कर सकता। इस सवालां नाल बीजेपी अगे वधन वाली आ। होर कुछ खबरां ने जिन्हां दे विच बाजवा भरावां दे विच लड़ाई बहुत तिखी हो गई आ। चोण मैनीफेस्टो कमेटी के चेयरमैन का अहुदा भी ਇਹ ਉਸੇ ਕਵਾਇਦ ਚ ਰੁਲ ਜਾਂਦਾ ਜਿੱਦਾਂ ਵਿਆਹ ਦੇ ਵਿੱਚ ਸ਼ਰੀਕ ਰੁੱਸ ਜਾਣ। ਮੈਨੂੰ ਇੰਜ ਲੱਗਦਾ ਕਿ ਇਹ ਖਬਰਾਂ ਥੋੜੀਆਂ ਜਿਹੀਆਂ ਹੋਰ ਵਿਸਥਾਰ ਲੈਣਗੀਆਂ, ਪਰ ਮੈਂ ਉਲਝਣ ਚ ਨਾ ਪਾਵਾਂ, ਮੈਂ ਮੁੜ ਕੇ ਆਵਾਂ। ਮੈਂ ਸਭ ਤੋਂ ਪਹਿਲਾਂ ਕੱਲ ਮਾਣਯੋਗ ਉੱਚ ਅਦਾਲਤ ਵਿੱਚ ਪੰਜਾਬ ਦੇ ਭਵਿੱਖ ਨੂੰ ਲੈ ਕੇ, ਨਸ਼ਿਆਂ ਨਾਲ ਉੱਡਦੀ ਧੂੜ ਨੂੰ ਲੈ ਕੇ, ਵੱਖ ਵੱਖ ਧਿਰਾਂ ਦੇ ਪੱਖ ਨੂੰ ਲੈ ਕੇ ਬਹੁਤ ਕੁਝ ਸਾਫ਼ ਹੋ ਗਿਆ। ਉਸ ਸਾਫ਼ ਹੁੰਦੇ ਉਸ ਛਿੱਟਦੀ ਧੁੰਦ ਦੇ ਜਿਹੜੇ ਪਰਛਾਵੇਂ ਤੁਸੀਂ ਤੱਕਿਆ, ਮੈਨੂੰ ਦੱਸਿਓ ਕਿ ਕੀ ਟਿੱਪਣੀਆਂ ਨੇ। ਵਾ ਇਹ ਟਿੱਪਣੀਆਂ ਵੈਸੇ ਬਹੁਤ ਅਹਿਮ ਨੇ ਤੇ ਇਹ ਪਿਛਲੇ 3 ਸਾਲ ਦੇ ਵਿੱਚ ਸਰਕਾਰਾਂ ਦੀ ਨਾ ਅਹਿਲੀਅਤ ਨੂੰ ਦਰਸਾਉਂਦੀਆਂ ਨੇ। ਰੰਧਾਵਾ ਜੀ, ਦੇਖੋ ਬੜੇ ਦੇਰ ਤੋਂ ਇਸ ਕੇਸ ਤੇ ਸਾਰੇ ਲੋਕਾਂ ਦੀ ਨਜ਼ਰ ਬਣੀ ਹੋਈ ਆ, ਸਰਕਾਰ ਦੀ ਨਜ਼ਰ ਬਣੀ ਹੋਈ ਆ, ਵਿਰੋਧੀ ਧਿਰਾਂ ਦੀ ਨਜ਼ਰ ਬਣੀ ਹੋਈ ਆ ਕਿ ਸ਼ਾਇਦ ਜਿਹੜੀ ਰਾਹ ਜਾਂ ਜਿਹੜਾ ਇਨਸਾਫ਼ ਸਾਨੂੰ ਸਰਕਾਰ ਤੋਂ ਨਹੀਂ ਮਿਲ ਸਕਿਆ, ਸ਼ਾਇਦ ਅਦਾਲਤ ਦੇਵੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੱਲ ਇਹਦੀ ਸੁਣਵਾਈ ਹੋਈ। ਜਸਟਿਸ ਏ ਜੀ ਮਸੀਹ ਤੇ ਨਾਲ ਜਸਟਿਸ ਸੰਦੀਪ ਜਿਹੜੇ ਮੋਡਗਿੱਲ ਨੇ, ਉਹਨਾਂ ਨੇ ਇਹਦੀ ਸੁਣਵਾਈ ਕੀਤੀ। ਪੰਜਾਬ ਸਰਕਾਰ ਵੱਲੋਂ ਦੁਸ਼ੰਤ ਦਵੇ, ਬੜੇ ਨਾਮੀ ਗ੍ਰਾਮੀ ਸੁਪਰੀਮ ਕੋਰਟ ਦੇ ਵਕੀਲ ਆ, ਕਿਸਾਨਾਂ ਦੇ ਜਿਹੜੇ ਆ ਮਸਲੇ ਉਹ ਵੀ ਸੁਪਰੀਮ ਕੋਰਟ ਚੋਂ ਲੜਦੇ ਰਹੇ ਆ, ਤੇ ਨਾਲ ਜਿਹੜੇ ਹੁਣੇ ਹੁਣੇ ਏ ਜੀ ਐਡਵੋਕੇਟ ਜਨਰਲ ਪੰਜਾਬ ਦੇ ਨਵੇਂ ਨਿਯੁਕਤ ਕੀਤੇ ਗਏ ਨੇ DS ਪਟਵਾਲੀਆ, ਇਹ ਸਾਰੇ ਉਸ ਕੇਸ ਦੇ ਵਿੱਚ ਪੇਸ਼ ਹੁੰਦੇ ਨੇ। ਲੇਕਿਨ ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਜਾਂ ਜਿਹੜੀਆਂ ਗੱਲਾਂ ਲੋਕ ਪੁੱਛਦੇ ਨੇ ਤੇ ਜਿਹੜੀਆਂ ਗੱਲਾਂ ਪਿਛਲੇ ਦਿਨਾਂ ਚ ਹੋਮ ਡਿਪਾਰਟਮੈਂਟ ਨੇ ਪੁੱਛੀਆਂ, ਬਿਲਕੁਲ ਉਸੇ ਤਰ੍ਹਾਂ ਦੀਆਂ ਗੱਲਾਂ ਕੱਲ ਮਾਨਯੋਗ ਹਾਈਕੋਰਟ ਨੇ ਕਹੀਆਂ। ਉਹਨਾਂ ਨੇ ਪੰਜਾਬ ਸਰਕਾਰ ਦੇ ਉਹਨਾਂ ਵਕੀਲਾਂ ਨੂੰ, ਜਿਹੜੇ ਬੜੇ ਨਾਮੀ ਗ੍ਰਾਮੀ ਵਕੀਲ ਆ, ਉਹਨਾਂ ਨੂੰ ਪੁੱਛਿਆ ਕਿ ਸਾਨੂੰ ਇਹ ਦੱਸੋ ਕਿ ਇਸ ਮਾਮਲੇ ਦੇ ਉੱਤੇ ਤੁਸੀਂ ਅਗਲੀ ਕਾਰਵਾਈ ਕਿਉਂ ਨਹੀਂ ਕੀਤੀ ਜਾਂ ਜਾਂਚ ਤੁਸੀਂ ਅਧੂਰੀ ਕਿਉਂ ਛੱਡਤੀ, ਤੁਹਾਨੂੰ ਕਿਹਨੇ ਰੋਕਿਆ, ਅਸੀਂ ਤਾਂ ਤੁਹਾਨੂੰ ਰੋਕਿਆ ਨਹੀਂ। ਔਰ ਤੁਸੀਂ ਯਾਦ ਕਰੋ ਜਦੋਂ ਹੋਮ ਡਿਪਾਰਟਮੈਂਟ ਦੀ ਪੰਜਾਬ ਦੇ ਅਨੁਰਾਗ ਅਗਰਵਾਲ, ਹਰਪ੍ਰੀਤ ਸਿੰਘ ਸਿੱਧੂ ਜਿਹੜੇ STF ਦੇ ਚੀਫ ਆ, ਉਹਨਾਂ ਨੂੰ ਵੀ ਇਹੀ ਗੱਲ ਲਿਖਦੇ ਆ ਕਿ ਤੁਸੀਂ ਜਾਂਚ ਕਿੱਥੇ ਤੱਕ ਪਹੁੰਚੀ, ਕਿਹੜੀ ਵੱਡੀ ਮੱਛੀ ਤੁਸੀਂ ਅੱਜ ਤੱਕ ਫੜੀ ਆ, ਸਾਨੂੰ ਦੱਸੋ ਤਾਂ ਸਹੀ ਕੁਛ। ਤੁਹਾਨੂੰ ਨਾ ਪੰਜਾਬ ਸਰਕਾਰ ਨੇ ਨਾ ਹਾਈਕੋਰਟ ਨੇ ਕਿਸੇ ਨੇ ਤੁਹਾਡੇ ਤੇ ਪਾਬੰਦੀ ਨਹੀਂ ਲਾਈ ਤੇ ਤੁਸੀਂ ਅੱਜ ਤੱਕ ਸਾਨੂੰ ਦੱਸਿਆ ਹੀ ਨਹੀਂ। ਤੇ ਹਰਪ੍ਰੀਤ ਸਿੰਘ ਸਿੱਧੂ ਮੀਡੀਆ ਨਾਲ ਨਹੀਂ ਕੁਛ ਗੱਲ ਕਰਦੇ, ਕਿਸੇ ਨਾਲ ਅੱਜ ਤੱਕ ਨਹੀਂ ਸਾਨੂੰ ਪਤਾ ਕਿ ਉਹਨਾਂ ਦਾ ਕੀ ਸਟੈਂਡ ਆ, ਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਉਹ ਹਾਈਕੋਰਟ ਦੇ ਵਿੱਚ ਕੀ ਜਵਾਬ ਦਿੰਦੇ ਨੇ, ਕਿਉਂਕਿ ਹਾਲਾਂਕਿ ਦੁਸ਼ੰਤ ਦਵੇ ਤੇ DS ਪਟਵਾਲੀਆ ਪੰਜਾਬ ਸਰਕਾਰ ਨੂੰ ਹੀ ਰਿਪ੍ਰੈਜੈਂਟ ਕਰਦੇ ਨੇ, ਲੇਕਿਨ ਕੋਈ ਸਪਸ਼ਟ ਜਵਾਬ ਨਹੀਂ ਆਉਂਦਾ। ਇਸੇ ਕਰਕੇ ਜਦੋਂ ਨਵਜੋਤ ਸਿੰਘ ਸਿੱਧੂ ਵੀ ਸਵਾਲ ਖੜੇ ਕਰਦੇ ਆ ਕਿ ਭਾਈ ਤੁਹਾਨੂੰ ਕਿਹਨੇ ਰੋਕਿਆ, ਤੁਹਾਨੂੰ ਕਿਹਨੇ ਰੋਕਿਆ ਉਹ ਲਿਫਾਫਾ ਖੋਲਣ ਤੋਂ, ਤੁਸੀਂ ਯਾਦ ਕਰੋ ਸੁਖਜਿੰਦਰ ਸਿੰਘ ਰੰਧਾਵਾ ਨੇ ਪਿਛਲੇ ਦਿਨ ਲੋਕਾਂ ਦੀਆਂ ਅੱਖਾਂ ਪੂੰਝਣ ਲਈ ਇੱਕ ਕਮੇਟੀ ਸੈਟਅਪ ਕਰਤੀ ਸੀ ਕਿ ਹਫਤੇ ਚ ਰਿਪੋਰਟ ਆਊਗੀ। ਕਿੱਥੇ ਆ ਰਿਪੋਰਟ? ਉਹ ਫੈਸਲਾ ਕਰੂਗੀ ਕਿ ਅਸੀਂ ਖੋਲਣੀ ਹੈ ਕਿ ਨਹੀਂ ਖੋਲਣੀ।
ਹਾਈ ਕੋਰਟ ਨੇ ਬਿਲਕੁਲ ਸਪਸ਼ਟ ਕਰਤਾ। ਇੱਕ ਹੋਰ ਜਿਹੜੀ ਅਹਿਮ ਗੱਲ ਆ, ਤੁਹਾਨੂੰ ਇਹ ਵੀ ਪਤਾ ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਵੀ ਇੱਕ ਪਟੀਸ਼ਨ ਦਾਇਰ ਕਰਤੀ ਸੀ ਆਪਣੀ ਕਿ ਮੈਨੂੰ ਵੀ ਇਸ 'ਚ ਧਿਰ ਬਣਾਇਆ ਜਾਵੇ। ਜੀ ਮੇਰਾ ਕਿਉਂਕਿ ਮੇਰੇ ਨਾਲ ਇਸ ਕੇਸ ਦਾ ਸੰਬੰਧ ਆ, ਹਾਈ ਕੋਰਟ ਨੇ ਇਹ ਗੱਲ ਵੀ ਕੱਲ ਸਪਸ਼ਟ ਕਰਤੀ ਹੈ ਕਿ ਤੁਹਾਨੂੰ ਧਿਰ ਬਣਨ ਦੀ ਲੋੜ ਨਹੀਂ ਆ। ਨਾਲੇ ਅਸੀਂ ਇਹ ਫੈਸਲਾ ਕਿਸੇ ਇੰਡੀਵਿਜੁਅਲ ਤੇ ਇੱਕ ਖਾਸ ਵਿਅਕਤੀ ਤੇ ਨਹੀਂ ਕਰਨਾ, ਸਾਡਾ ਇਹ ਜਿਹੜਾ ਫੈਸਲਾ ਇਸ ਮਸਲੇ 'ਚ ਆਊਗਾ ਉਹ ਸਾਰਿਆਂ ਲਈ ਹੋਏਗਾ, ਪੂਰੀ ਪਬਲਿਕ ਲਈ ਹੋਏਗਾ, ਪੂਰੀ ਜਨਤਾ ਲਈ ਹੋਏਗਾ। ਜੋ ਵੀ ਇਸ ਦੇ ਵਿੱਚ ਤੱਥ ਹੋਣਗੇ ਅਸੀਂ ਉਸ ਤੱਥਾਂ ਦੇ ਆਧਾਰ ਤੇ ਇਹ ਫੈਸਲਾ ਕਰਾਂਗੇ, ਕਿਸੇ ਨੂੰ ਧਿਰ ਬਣਨ ਦੀ ਲੋੜ ਨਹੀਂ। ਇੱਕ ਤਰ੍ਹਾਂ ਦੀ ਉਹਨਾਂ ਦੀ ਪਟੀਸ਼ਨ ਨੂੰ ਉਹਨਾਂ ਨੇ ਜਿੰਨੀ ਤਵੱਜੋ ਦੇਣੀ ਸੀ ਉਹ ਨਹੀਂ ਦਿੱਤੀ। ਤੀਸਰੀ ਗੱਲ, ਮਤਲਬ ਉਹਦੇ ਕੱਲ ਚ ਇੱਕ ਡਿਪਟੀ ਉਹਦੇ ਚ ਇੱਕ ਟਿੱਪਣੀ ਆ ਕਿ ਤੁਹਾਨੂੰ ਕਿਉਂ ਲੱਗਦਾ ਕਿ ਤੁਹਾਡੇ ਖਿਲਾਫ ਕੁਝ ਹੈ? ਬੜੇ ਵੱਡੇ ਬਿਲਕੁਲ ਹੱਥ ਹੈ ਹੈ, ਇਹਦੇ ਜੀ। ਬਹੁਤ ਵੱਡੇ। ਉਹ ਕਹਿੰਦੇ ਤੁਹਾਨੂੰ ਕਿਉਂ ਲੱਗਦਾ ਕਿ ਇਸ ਵਿੱਚ, ਔਰ ਬਹੁਤ ਤੁਸੀਂ ਅਹਿਮ ਗੱਲ ਆ ਜਿਹੜੀ ਇਹ ਫੜੀ ਆ ਕਿ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਿਉਂ ਲੱਗਦਾ ਕਿ ਇਸ ਵਿੱਚ ਤੁਹਾਡੇ ਖਿਲਾਫ ਜਾਂ ਤੁਹਾਡੇ ਹੱਕ 'ਚ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਆ, ਤੁਹਾਨੂੰ ਇਦਾਂ ਕਿਉਂ ਲੱਗਦਾ? ਸੋ ਇਹ ਸਾਰੀ ਗੱਲ। ਔਰ ਤੀਸਰੀ ਗੱਲ ਜਿਹੜੀ ਮੈਂ ਦੱਸਣ ਜਾ ਰਿਹਾ ਸੀ, ਐਮਈਏ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਡੈਪਟੀ ਸੈਕਟਰੀ ਸੰਦੀਪ ਕੁਮਾਰ, ਉਹਨਾਂ ਨੇ ਵੀ ਇੱਕ ਹਲਫਨਾਮਾ ਦਿੱਤਾ। ਉਹ ਕਹਿੰਦੇ 8-9 ਵਿਅਕਤੀ ਜਿਹੜੇ ਕੈਨੇਡਾ 'ਚ ਬੈਠੇ ਹੋਏ ਨੇ ਜਿਨ੍ਹਾਂ ਦਾ ਡਰੱਗਸ ਦੇ ਨਾਲ ਜਾਂ ਇਨਸ ਦੀ ਸਮਗਲਿੰਗ ਦੇ ਨਾਲ ਸੰਬੰਧ ਆ, ਅਸੀਂ ਉਹਨਾਂ ਨੂੰ ਵਾਪਸ ਭਾਰਤ, ਉਹਨਾਂ ਦੀ ਐਕਸਟ੍ਰਾਡੀਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਲਿਆਉਣ 'ਚ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਪਰ ਕੈਨੇਡਾ ਸਰਕਾਰ ਸਾਡਾ ਸਹਿਯੋਗ ਨਹੀਂ ਕਰ ਰਹੀ। ਇਹ ਸਾਰੇ ਤੱਥ ਜਿਹੜੇ ਆ ਉਹ ਆਏ ਆ। ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਇਹ ਵੀ ਦੱਸਦਾ ਰੰਧਾਵਾ ਜੀ ਕਿ ਹੁਣ ਉਹਨਾਂ ਨੇ 9 ਦਸੰਬਰ, ਜ਼ਿਆਦਾ ਦੇਰ ਨਹੀਂ ਪਾਈ, ਆ ਅਗਲੇ ਵੀਰਵਾਰ ਆਉਣ ਵਾਲੇ ਦਿਨ ਇਸ ਦੀ ਫਿਰ ਤਰੀਕ ਜਿਹੜੀ ਆ ਉਹ ਮਿੱਥੀ ਗਈ ਆ ਇਸੇ ਕੇਸ ਲਈ। ਉਮੀਦ ਆ ਸ਼ਾਇਦ ਉਸ ਦਿਨ ਲਿਫਾਫੇ ਖੁੱਲਣ, ਉਸ ਦਿਨ ਰਿਪੋਰਟ ਖੁੱਲੇ, ਕਿਉਂਕਿ ਹੁਣ ਤਾਂ ਬਿਲਕੁਲ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਹਾਈ ਕੋਰਟ ਨੇ ਕਹਿਤਾ ਕਿ ਨਾ ਅਸੀਂ ਤੇ ਨਾ ਪੰਜਾਬ ਸਰਕਾਰ ਨੇ ਕੋਈ ਰੋਕ ਨਹੀਂ ਆ। ਇਹਦੇ ਵਿੱਚ ਕਿੰਨੀ ਨਲਾਇਕੀ ਤੇ ਕਿੰਨੀ ਜਿਹੜੀ ਜਿਹੜੀ ਕਾਰਗੁਜ਼ਾਰੀ ਉੱਤੇ ਕਿੰਨੇ ਸਵਾਲ ਉੱਠਦੇ ਨੇ ਪੰਜਾਬ ਸਰਕਾਰ ਦੇ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ ਤੇ ਜਾਂ ਫਿਰ ਉਹ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਹੋਵੇ, ਤੇ ਚਾਹੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਣ ਤੇ ਜਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਣ, ਸਾਰੇ ਹੀ ਇਸ ਕਟਹਿਰੇ ਵਿੱਚ ਖੜੇ ਹੁੰਦੇ ਆ। ਜੀ ਰੰਧਾਵਾ ਜੀ, ਹੁਣ ਭੱਜਿਆ ਜਾਣ ਨਹੀਂ ਦੇਣਗੇ, ਹੈ ਜ਼ੋਰਾਵਰਾਂ ਦੇ। ਗੱਲ ਗੱਲ ਉੱਥੇ ਹੀ ਖੜੀ ਹੈ ਕਿ ਜਿਹੜੇ ਸੱਤਾਧਾਰੀ ਹਮੇਸ਼ਾ ਬਹਾਨੇ ਲਾ ਲਾ ਕੇ ਨਿਕਲਦੇ ਸੀ, ਹੁਣ ਕਿਹੜੇ ਬਹਾਨਿਆਂ 'ਚ ਜਾਣਗੇ? ਦੁੱਧਾ ਦੁੱਧ ਪਾਣੀ ਦਾ ਪਾਣੀ ਹੋਣਾ ਕਿ ਨਹੀਂ ਹੋਣਾ, ਮੈਨੂੰ ਤੇ ਹੁਣ ਇਸ ਕਹਾਵਤ ਤੇ ਵੀ ਸੱਚ ਜਿਹਾ ਨਹੀਂ ਲੱਗਦਾ। ਕਹਿੰਦੇ ਹੁਣ ਦੁੱਧ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਲੱਗ ਪਈ, ਜਿੰਨਾ ਪੰਜਾਬ 'ਚ ਦੁੱਧ ਪੈਦਾ ਹੁੰਦਾ ਉਹਦੇ ਨਾਲੋਂ ਖਪਤ 3 ਗੁਣਾ ਜਾਂ 2 ਗੁਣਾ ਹੈ, ਤੇ ਉਹ ਦੁੱਧ ਸਾਰਿਆਂ ਨੂੰ ਹੀ ਮਿਲ ਰਿਹਾ, ਕਿੱਥੋਂ ਆ ਰਿਹਾ? ਕੋਈ ਦਰਾਮਦ ਤਾਂ ਹੋ ਨਹੀਂ ਰਹੀ। ਅੱਛਾ ਜੀ ਮੈਨੂੰ ਜ਼ਰੂਰ ਦੱਸਿਓ, ਕਾਂਗਰਸ ਨੇ ਇੱਕ ਬਹੁਤ ਵੱਡਾ ਤੀਰ ਚਲਾਇਆ, ਪਰਸੈਪਸ਼ਨ ਇਹ ਬਣਾਤੀ ਅਖੇ ਜੀ, ਇੱਕ ਜੱਟ ਸਿੱਖ ਇੱਕ ਸਿੱਧੂ ਦੇ ਰੂਪ ਦੇ ਵਿੱਚ ਪ੍ਰਧਾਨ ਲਾਤਾ, ਇੱਕ ਅਨੁਸੂਚਿਤ ਜਾਤੀਆਂ ਚੋਂ ਮੁੱਖ ਮੰਤਰੀ ਆ, ਔਰ ਤੀਜਾ ਹਿੰਦੂ ਚਿਹਰਾ ਜਾਖੜ, ਔਰ 3 ਵੱਡੇ ਚਿਹਰਿਆਂ ਦੇ ਨਾਲ ਜੇਕਰ ਤੁਸੀਂ ਜਾਓਗੇ ਸਾਰੀਆਂ ਧਿਰਾਂ ਨੂੰ ਕਵਰ ਕਰ ਲਓਗੇ, ਕੋਈ ਵੋਟ ਬਾਹਰ ਜਾਣ ਹੀ ਨਹੀਂ ਦੇਣੀ ਨਾਲ, ਕਿਉਂਕਿ ਜੱਟ ਸਿੱਖ ਜ਼ਿਆਦਾ ਮਾਤਰਾ 'ਚ ਨੇ ਨਾਲ ਨਾਲ ਬਾਜਵਾ ਆਪਣਾ ਜੋੜ ਤੇ, ਔਰ ਹਿੰਦੂਆਂ ਨੂੰ ਹੋਰ ਨਾਲ ਕਰਨ ਲਈ ਅੰਬਿਕਾ ਸੋਨੀ ਲਾਤੇ। ਸਵਾਲ ਇੱਥੇ ਨਹੀਂ ਸੀ, ਸਵਾਲ ਤਾਂ ਇਹ ਸੀਗਾ ਕਿ ਸੁਨੀਲ ਜਾਖੜ ਮੁੱਖ ਮੰਤਰੀ ਬਣਦੇ ਬਣਦੇ ਰੋਕ ਲਏ ਗਏ, ਉਦੋਂ ਉਹ ਉਦੋਂ ਦਾ ਯਕੀਨ ਕਰਨ ਤੇ ਅੱਜ ਵਾਲਾ ਕਰਨ ਕੀ ਕਰਨ? ਕਿਹੜੀ ਆਸ ਤੇ ਉਹਨਾਂ ਨੂੰ ਤੁਸੀਂ ਅੱਗੇ ਵਧਾਓਗੇ? ਸੁਨੀਲ ਜਾਖੜ ਇੱਕ ਹਿੰਦੂ ਚਿਹਰਾ ਹੈ ਤੇ ਪੰਜਾਬ ਦੇ ਹਿੰਦੂ, ਜਦੋਂ ਤੁਸੀਂ ਬਣਾਉਂਦੇ ਬਣਾਉਂਦੇ ਮੁੱਖ ਮੰਤਰੀ ਇਹ ਕਹਿਤਾ ਵੀ ਨਹੀਂ ਪੰਜਾਬ 'ਚ ਤਾਂ ਸਿੱਖ ਹੀ ਹੋਣਾ ਚਾਹੀਦਾ, ਚਲੋ ਗਿਣਤੀ ਦੇ ਹਿਸਾਬ ਨਾਲ ਤੁਹਾਡੀਆਂ ਗਿਣਤੀਆਂ ਮਿਣਤੀਆਂ ਨੇ, ਅੰਬਿਕਾ ਸੋਨੀ ਨੇ ਕਿਹਾ ਇੱਥੇ ਇੱਕ ਸਿੱਖ ਹੀ ਬਣਾਓ, ਹੁਣ ਪੰਜਾਬ ਦੇ ਹਿੰਦੂ ਇਹ ਕਿਉਂ ਸਮਝਣਗੇ ਵੀ ਸਾਡੀ ਕਦੇ ਵਾਰੀ ਆਉਣੀ ਆ, ਤੁਸੀਂ ਉਹ ਕਿਉਂ ਭੁੱਲ ਜਾਂਦੇ ਹੋ? ਤੇ ਇਹ ਵੀ ਚੀਜ਼ ਅੱਗੇ ਸਾਹਮਣੇ ਆ ਰਹੀ ਹੈ ਕਿ ਸੁਨੀਲ ਜਾਖੜ ਨੂੰ ਸਹਿਮਤੀ ਲਏ ਬਿਨਾ, ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਉਹ ਅਹਿਮ ਸੀਗੀਆਂ ਕਿ ਉਹਨਾਂ ਨੂੰ ਇਕੱਲਿਆਂ ਅੱਗੇ ਤੋਰਿਆ ਜਾਊਗਾ, ਸ਼ਾਇਦ ਉਹ ਅੱਗੇ ਤੁਰ ਵੀ ਪੈਂਦੇ। ਹੁਣ ਜਦੋਂ ਉਹਨਾਂ ਦੇ ਸ਼ਰੀਕ ਜਿਨ੍ਹਾਂ ਨਾਲ ਕਦੇ ਨਹੀਂ ਉਹਨਾਂ ਦੀ ਬਣੀ, ਜਿਨ੍ਹਾਂ ਨਾਲ ਕਦੇ ਉਹਨਾਂ ਦੀ ਨਹੀਂ ਬਣੀ, 5 ਸਾਲਾਂ 'ਚ ਰੋਜ਼ ਇੱਟ ਖੜਕਾ ਰਿਹਾ, ਇਹ ਉਹ ਕੈਂਪ ਅਮਰਿੰਦਰ ਸਿੰਘ ਦੇ 'ਚ ਨਜ਼ਰ ਆਉਂਦੇ ਸੀ, ਜਾਖੜ ਦੂਜੇ ਬਣੇ, ਬਾਜਵਾ ਅਮਰਿੰਦਰ ਦੀ ਬਜਾਏ ਜਾਖੜ ਤੇ ਹਮਲਾ ਬੋਲਦੇ ਰਹੇ ਤੇ ਉਹਨਾਂ ਨੂੰ ਬਰਾਬਰ ਤੇ ਬਿਠਾ ਤਾ। ਕਹਿੰਦੇ ਜਾਖੜ ਨਾਰਾਜ਼ ਬੜੇ, ਸਾਡੀ ਗੱਲ ਤਾਂ ਨਹੀਂ ਹੋ ਸਕੀ, ਲੇਕਿਨ ਪਤਾ ਇਹ ਲੱਗਿਆ ਕਿ ਕਿਤੇ ਇਹ ਨਾ ਹੋਵੇ ਵੀ ਅਹੁਦੇ ਸਮੇਤ ਹੀ ਉਹ ਕਿਧਰੇ ਹੋਰ ਸ਼ਿਫਟ ਹੋ ਜਾਣ, ਕਿਉਂਕਿ ਭਾਜਪਾ ਦੀ ਸਾਰੀ ਰਣਨੀਤੀ ਹਿੰਦੂ ਵੋਟ ਤੇ ਚੱਲਦੀ ਪਈ ਆ, ਉਹ ਹਿੰਦੂ ਵੋਟ ਕਿਸੇ ਵੀ ਕੀਮਤ ਤੇ, ਸੁਰੱਖਿਆ ਦੇ ਨਜ਼ਰੀਓਂ ਜੋ ਮਾਹੌਲ ਪੰਜਾਬ ਦੇ ਵਿੱਚ ਸਿਆਸਤ ਦਾ ਬਣ ਰਿਹਾ, ਧਰੁਵੀਕਰਨ ਦੇ ਨਜ਼ਰੀਓਂ ਉਹਨਾਂ ਨੂੰ ਇੱਕ ਬਹੁਤ ਘੈਂਟ ਹਿੰਦੂ ਚਿਹਰਾ ਚਾਹੀਦਾ। ਮੈਨੂੰ ਇੰਝ ਲੱਗਦਾ ਕਿ ਇਸ ਅਹੁਦੇਦਾਰੀ ਨਾਲ ਸੁਨੀਲ ਜਾਖੜ ਕੋਲ ਆਪਸ਼ਨਸ ਵੱਧ ਗਈਆਂ,
उन्होंने खुशी जाहिर नहीं की, कन फोन बंद रखिया, बहुतियां बधाइया नहीं कबूलिया, कोई प्रतिक्रम नहीं दिता। ਇਹ ਅਹੁਦੇ ਦੇ ਨਾਲ ਹੀ ਕਾਂਗਰਸ ਦੇ ਵਿੱਚ ਇੱਕ ਵੱਡਾ ਡੈਂਟ ਪੈਣ ਦੀ ਸੰਭਾਵਨਾ ਬਣ ਗਈ ਹੈ ਕਿ ਜਾਖੜ ਬੀਜੇਪੀ ਦਾ ਚਿਹਰਾ ਹੋਣਗੇ। ਹਾਲਾਂਕਿ ਆਮ ਆਦਮੀ ਪਾਰਟੀ ਵੀ ਕਿਸੇ ਪੱਧਰ ਤੇ ਉਹਨਾਂ ਨਾਲ ਗੱਲ ਕਰਦੀ ਰਹੀ ਹੈ। ਮੇਰੇ ਕੋਲ ਪੱਕੀਆਂ ਰਿਪੋਰਟਾਂ ਸੀ ਕਿ ਆਮ ਆਦਮੀ ਪਾਰਟੀ ਚਾਹੁੰਦੀ ਸੀ ਜਾਖੜ ਆ ਜਾਣ ਤੇ ਅਸੀਂ ਹਿੰਦੂ ਸਿੱਖ ਦਾ ਚਿਹਰਾ ਨਿਪਟਾ ਕੇ ਜਾਖੜ ਨੂੰ ਹੀ ਅੱਗੇ ਵਧਾ ਦਈਏ, ਕੋਈ ਮੁਸ਼ਕਲ ਨਹੀਂ। ਪਰ ਅੱਜ ਬੀਜੇਪੀ ਜ਼ਿਆਦਾ ਅਹਿਮ ਹੋ ਗਈ ਆ, ਸ਼ਾਇਦ ਜਾਖੜ ਲਈ ਫੈਸਲਾ ਕਰਨਾ ਆਸਾਨ ਹੋ ਜੂ, ਪਰ ਦੁਬਦਾ ਵੱਡੀ ਆ। ਟਿੱਪਣੀ ਦਿਓ ਜ਼ਰਾ, ਕਾਂਗਰਸ ਨੂੰ ਇਹ ਮੂਵ ਵੀ ਉਲਟੀ ਪੈ ਸਕਦੀ? ਦੇਖੋ, ਆਪਾਂ ਨੂੰ ਸਾਰਿਆਂ ਨੂੰ ਪਤਾ, ਬੜਾ ਸਨਮਾਨ ਆ ਸਾਨੂੰ ਸਾਰਿਆਂ ਨੂੰ ਸੁਨੀਲ ਜਾਖੜ ਹੋਣਾ ਪ੍ਰਤੀ। ਜਿਹੜੀ ਵੀ ਉਹ ਰਾਜਨੀਤੀ ਕਰਦੇ ਰਹੇ ਆ ਅੱਜ ਤੱਕ, ਹਮੇਸ਼ਾ ਹੀ ਬੜੀ ਸਾਫ਼ ਸੁਥਰੀ ਰਾਜਨੀਤੀ ਕੀਤੀ ਆ ਉਹਨਾਂ ਨੇ। ਤੇ ਜੇ ਵਿਧਾਨ ਸਭਾ ਦੇ ਵਿੱਚ ਅਪੋਜੀਸ਼ਨ ਲੀਡਰ ਦੇ ਬਤੌਰ ਉਹਨਾਂ ਨੇ ਰੋਲ ਅਦਾ ਕੀਤਾ, ਉਹਦੀ ਵੀ ਬੜੀ ਸ਼ਲਾਘਾ ਹੋਈ ਆ। ਲੇਕਿਨ ਮੈਂ ਨਾਲ ਦੇ ਨਾਲ ਇਹ ਵੀ ਗੱਲ ਕਹੂੰਗਾ ਕਿ ਜਦੋਂ ਉਹ ਪ੍ਰਧਾਨ ਸੀ ਇਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ, ਉਹਨਾਂ ਦੀ ਕਾਰਗੁਜ਼ਾਰੀ ਵਾਕਿਆ ਬਹੁਤ ਜ਼ਿਆਦਾ ਸਵਾਲਾਂ ਦੇ ਘੇਰੇ ਚ ਆ। ਹਾਲਾਂਕਿ ਉਹਨਾਂ ਦੇ ਬੜੇ ਮਤਭੇਦ ਸੀਗੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ, ਲੇਕਿਨ ਉਹਨਾਂ ਨੇ ਸਿੱਧੇ ਹੋ ਕੇ ਬਹੁਤ ਸਾਰੇ ਮਸਲੇ ਪੰਜਾਬ ਦੇ ਨਹੀਂ ਚੁੱਕੇ। ਲਗਭਗ ਉਹ ਚੁੱਪ ਰਹੇ, ਬਲਕਿ ਉਹਨਾਂ ਨੇ ਮਸਲਿਆਂ ਨੂੰ ਅਣਗੌਲਿਆ ਕੀਤਾ, ਇਹ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ। ਦੂਸਰੇ ਪਾਸੇ ਉਹਨਾਂ ਦਾ ਦਰਦ ਉਦੋਂ ਝਲਕਿਆ ਜਦੋਂ ਸਿੱਧੂ ਦੀ, ਨਵਜੋਤ ਸਿੰਘ ਸਿੱਧੂ ਦੀ ਸਥਾਪਨਾ ਹੋਈ। ਉਸ ਚ ਉਹਨਾਂ ਨੇ ਭਾਸ਼ਣ ਦਿੱਤਾ, ਸਪੀਚ ਦਿੱਤੀ, ਤੇ ਫਿਰ ਪਤਾ ਲੱਗਾ ਕਿ ਮੈਨੂੰ ਤਾਂ ਪੁੱਛ ਹੀ ਲੈਂਦੇ ਘੱਟੋ ਘੱਟ, ਮੈਂ ਕਿਹੜਾ ਤੁਹਾਡੇ ਤੋਂ ਬਾਹਰ ਸੀ। ਇਹ ਸਾਰੀ ਸਥਿਤੀ ਮੈਂ ਇਸ ਕਰਕੇ ਕਹਿ ਰਿਹਾ ਕਿ ਉਹਨਾਂ ਦਾ ਬਿਲਕੁਲ ਗੱਲ ਠੀਕ ਆ। ਹੁਣ ਇਸ ਟਾਈਮ ਸੁਨੀਲ ਜਾਖੜ ਦੀ ਨਾਰਾਜ਼ਗੀ ਜੱਗ ਜ਼ਾਹਿਰ ਆ, ਉਹਨਾਂ ਤੇ ਆਮ ਆਦਮੀ ਪਾਰਟੀ ਵੀ ਡੋਰੇ ਪਾਉਣ ਨੂੰ ਫਿਰਦੀ ਆ, ਉਹਨਾਂ ਤੇ ਭਾਰਤੀ ਜਨਤਾ ਪਾਰਟੀ ਵੀ ਡੋਰੇ ਪਾਉਣ ਨੂੰ ਫਿਰਦੀ ਆ। ਨਾ ਤਾਂ ਆਮ ਆਦਮੀ ਪਾਰਟੀ ਕੋਲੇ ਕੋਈ ਨਵਾਂ ਚਿਹਰਾ ਆ ਰਿਹਾ, ਤੇ ਜਿਹੜਾ ਭਾਰਤੀ ਜਨਤਾ ਪਾਰਟੀ ਜੇ ਪੁਰਾਣੇ ਇੱਕ DGP ਨੂੰ SS ਵਿਰਕ ਨੂੰ ਲੈ ਜਾਂਦੀ ਆ, ਜਾਂ ਸਰਬਜੀਤ ਸਿੰਘ ਮੱਕੜ ਹੋਣਾ ਨੂੰ ਲੈ ਜਾਂਦੀ ਆ, ਜਾਂ ਅਵਤਾਰ ਸਿੰਘ ਜੀਰਾ ਨੂੰ, ਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ, ਇਹ ਕਿਸੇ ਵੀ ਪੱਧਰ ਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਬਹੁਤ ਵੱਡੇ ਲੀਡਰ ਨਹੀਂ ਆ ਇਹ। ਜੇ ਆਪਣੇ ਹਲਕੇ ਦੀ ਇਹ ਸੀਟ ਜਿੱਤ ਲੈਣ, ਇੰਨਾ ਹੀ ਬਹੁਤ ਆ। ਖੈਰ, ਆਪਾਂ ਅੱਗੇ ਵੱਧਦੇ ਹਾਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਸੁਨੀਲ ਜਾਖੜ ਲਗਾਤਾਰ ਨਾਰਾਜ਼ ਚੱਲ ਰਹੇ ਆ, ਉਹਨਾਂ ਦੇ ਟਵੀਟਸ ਹੋਣ, ਉਹਨਾਂ ਦੀਆਂ ਟਿੱਪਣੀਆਂ ਹੋਣ, ਉਹਨਾਂ ਨੂੰ ਲਗਾਤਾਰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ। ਪਿਛਲੇ ਦਿਨਾਂ ਦੇ ਵਿੱਚ ਪਤਾ ਹੀ ਆਪਾਂ ਨੂੰ, ਰਾਹੁਲ ਗਾਂਧੀ ਨੇ ਮੁਲਾਕਾਤਾਂ ਕੀਤੀਆਂ ਇਹਨਾਂ ਸਾਰਿਆਂ ਲੀਡਰਸ ਨਾਲ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਨੀਲ ਜਾਖੜ ਦੇ ਨਾਲ। ਬਾਕੀ ਲੋਕ ਤਾਂ ਮੈਨੂੰ ਲੱਗਦਾ ਹੁਣ ਮੰਨ ਕੇ ਆ ਗਏ ਆ। ਤੁਸੀਂ ਲਗਾਤਾਰ ਦੇਖੋ, ਸਿੱਧੂ ਤੇ ਚਰਨਜੀਤ ਸਿੰਘ ਚੰਨੀ ਲਗਾਤਾਰ ਕੋਲੇ ਨਜ਼ਰ ਆਉਂਦੇ ਆ, ਨਾਲ ਬੈਠੇ ਹੋਏ ਨਜ਼ਰ ਆਉਂਦੇ ਆ, ਤੇ ਕਈ ਗੱਲਾਂ ਤੇ ਉਹ ਆਪਣੀ ਆਪਸੀ ਸਹਿਮਤੀ ਦੇ ਨਾਲ ਫੈਸਲੇ ਲੈਂਦੇ ਹੋਏ ਦਿਖਾਈ ਵੀ ਦਿੰਦੇ ਆ। ਲੇਕਿਨ ਸੁਨੀਲ ਜਾਖੜ ਹੋਣਾ ਦੀ ਨਾਰਾਜ਼ਗੀ ਕਿਤੇ ਨਾ ਕਿਤੇ ਹਜੇ ਬਰਕਰਾਰ ਆ। ਔਰ ਜਿਸ ਤਰ੍ਹਾਂ ਇਹਨਾਂ ਨੂੰ ਲਾਇਆ, ਕੈਂਪੇਨ ਕਮੇਟੀ ਦਾ ਜਿਸ ਤਰ੍ਹਾਂ ਚੇਅਰਮੈਨ ਲਗਾਇਆ ਗਿਆ, ਮੈਨੂੰ ਲੱਗਦਾ ਨਹੀਂ ਕਿ ਸ਼ਾਇਦ ਉਹਨਾਂ ਨੂੰ ਇਹ ਕੋਈ ਬਹੁਤ ਜ਼ਿਆਦਾ ਉਹ ਇਸ ਨੂੰ ਵੈਲਕਮ ਕਰਨਗੇ, ਸਵਾਗਤ ਕਰਨਗੇ, ਜਾਂ ਹੋ ਸਕਦਾ ਉਹਨਾਂ ਦੀ ਨਾਰਾਜ਼ਗੀ ਬਰਕਰਾਰ ਰਵੇ, ਬਲਕਿ ਪੁੱਠੀ ਵੀ ਪੈ ਸਕਦੀ ਹੈ ਤੁਹਾਡੇ ਸ਼ਬਦਾਂ ਦੇ ਅਨੁਸਾਰ। ਤੇ ਜਿਹੜੇ ਬਾਕੀ ਪਾਰਟੀਆਂ, ਉਹਨਾਂ ਦੇ ਦਰਵਾਜ਼ੇ ਹਮੇਸ਼ਾ ਉਹਨਾਂ ਲਈ ਖੁੱਲੇ ਆ, ਕਿਉਂਕਿ ਚਿਹਰਾ ਜਿਹੜਾ ਹੈ ਉਹ ਸੁਨੀਲ ਜਾਖੜ ਕੋਈ ਛੋਟਾ ਚਿਹਰਾ ਨਹੀਂ ਆ, ਵੱਡਾ ਚਿਹਰਾ। ਲੇਕਿਨ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਦੇਖਣਾ ਹੋਊਗਾ ਕਿ ਜਦੋਂ ਉਹ ਇਸ ਤਰ੍ਹਾਂ ਦਾ ਕਦਮ ਲੈਣਗੇ, ਤੇ ਜਿਹੜੀ ਉਹਦੇ ਪੁਰਾਣੇ ਪਰਿਵਾਰ ਦਾ ਇਤਿਹਾਸ ਆ ਜਿਹੜਾ ਲਗਾਤਾਰ ਕਾਂਗਰਸ ਦੇ ਨਾਲ ਚੱਲਿਆ, ਤੇ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਕਿ ਭਾਰਤੀ ਜਨਤਾ ਪਾਰਟੀ ਖਾਸ ਤੌਰ ਤੇ ਫਿਰਕੂ ਪਾਰਟੀ ਆ, ਕਮਨਲ ਪਾਰਟੀ ਆ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਦੇ ਪੁਰਾਣੇ ਬਿਆਨ, ਉਹ ਫਿਰ ਜਨਤਾ ਦੇ ਸਾਹਮਣੇ ਜ਼ਰੂਰ ਆਉਣਗੇ। ਪਰ ਰੰਧਾਵਾ ਜੀ, ਤੁਹਾਨੂੰ ਪਤਾ ਆ, ਹੁਣ ਕੋਈ ਆਈਡੀਓਲੋਜੀਜ਼ ਰਹੀਆਂ ਨਹੀਂ, ਕੋਈ ਵਿਚਾਰਧਾਰਾਵਾਂ ਦੀ ਗੱਲ ਰਹੀ ਨਹੀਂ, ਹੁਣ ਤਾਂ ਮੌਕੇ ਦੀ ਗੱਲ ਆ। ਜੇ ਕਿਸੇ ਦਾ ਕਰੀਅਰ, ਪੋਲੀਟੀਕਲ ਕਰੀਅਰ ਕੋਈ ਡੁੱਬਦਾ ਹੋਇਆ ਕਿਸੇ ਨੂੰ ਦਿਖਾਈ ਦਿੰਦਾ, ਤੇ ਉਹ ਟਪੂਸੀ ਮਾਰਨ ਨੂੰ ਮਿੰਟ ਲਾਉਂਦਾ, ਇਹ ਵੀ ਗੱਲ ਆ। ਹੁਣ ਦੇਖਦੇ ਆ ਕਿ ਸੁਨੀਲ ਜਾਖੜ ਇੱਥੇ ਬਣੇ ਰਹਿੰਦੇ ਆ ਕਿ ਟਪੂਸੀ ਮਾਰਦੇ ਆ, ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਜੀ। ਆ ਮੇਰੀ ਅੱਖ ਫੜਕਦੀ ਹੈ ਜੀ, ਰੱਬ ਖੈਰ ਕਰੇ, ਸਿਆਸਤ ਦੇ ਵਿੱਚ ਕੋਈ ਚੰਗਾ ਹੀ ਹੋਵੇ। ਜਦੋਂ ਮੇਰੀ ਅੱਖ ਫੜਕਦੀ, ਕੁਝ ਨਾ ਕੁਝ ਉਲਟਾ ਸਿੱਧਾ ਹੁੰਦਾ ਰਹਿੰਦਾ। ਮੈਂ ਜ਼ਰੂਰ ਇਹ ਕਹੂੰਗਾ ਕਿ ਇਸ ਵਾਰੀ ਦੀ ਇਲੈਕਸ਼ਨ ਇਤਿਹਾਸਕ ਹੋਣ ਵਾਲੀ ਆ। ਇੱਥੇ ਵਿਚਾਰ ਨਾਲੋਂ ਮੌਕਾ ਜ਼ਿਆਦਾ ਅਹਿਮ ਰਹੂਗਾ। ਤੁਸੀਂ ਠੀਕ ਕਿਹਾ, ਪਹਿਲੀ ਵਾਰੀ ਆ ਕਿ ਬਹੁਤ ਦਿਸ਼ਾਵੀ, ਬਹੁਤ ਧਰਾਵੀ ਮੁਕਾਬਲੇ ਹੋਣਗੇ। ਪਹਿਲੀ ਵਾਰੀ ਆ, ਪੈਸੇ ਦਾ ਫਲੋ ਬਹੁਤ ਹੋਊਗਾ, ਡਾਢਿਆਂ ਦੇ ਮੁਕਾਬਲੇ ਹੋਣਗੇ, ਪੇਚ ਫਸਣਗੇ, ਇਹਦੇ 'ਚ ਹਰ ਹਰਬਾ ਵਰਤਿਆ ਜਾਊਗਾ, ਸਾਮ ਦਾਮ ਦੰਡ ਭੇਦ ਸਾਰੀ ਰਾਜਨੀਤੀ ਚੱਲੂਗੀ। ਪਰ ਮੈਂ ਇਹ ਜ਼ਰੂਰ ਕਹਿ ਦਿਆਂ ਕਿ ਕਾਂਗਰਸ ਦੀ ਜਿਹੜੀ ਰਾਜਨੀਤੀ ਆ, ਉਹ ਰਾਹੁਲ ਗਾਂਧੀ ਜੇਬ 'ਚ ਪਾ ਕੇ ਫਿਰਦੇ ਆ। ਉਹ ਤਿੰਨੇ ਬੰਦੇ ਜਿਹੜੇ ਰਾਹੁਲ ਗਾਂਧੀ ਦੇ ਸੱਜੇ ਖੱਬੇ ਆ, ਕ੍ਰਿਸ਼ਨਾ ਤਾਂ ਰਾਹੁਲ ਗਾਂਧੀ ਦੇ ਸਹਾਇਕ ਨੇ, ਔਰ ਇਹ ਲਗਭਗ ਅਪ੍ਰੈਲ ਤੋਂ ਸਾਰੀ ਦੀ ਸਾਰੀ ਰਾਜਨੀਤੀ ਚੰਨੀ ਨੂੰ ਅੱਗੇ ਵਧਾਉਣ, ਸ਼ੁਰੂ ਤੋਂ ਲੈ ਕੇ ਐਂਡ ਤੱਕ, ਮੈਂ ਕਈ ਵਾਰੀ ਉਹ ਕਹਾਣੀ ਦੱਸੀ ਆ, ਉਹੀ ਚਲਾ ਰਹੇ ਆ। ਲੇਕਿਨ ਨਾਲ ਦੀ ਨਾਲ ਹਰੀਸ਼ ਚੌਧਰੀ ਔਰ ਅਜੇ ਮਾਕਨ ਵੀ ਅੱਖਾਂ ਦੀਆਂ ਤਾਰਾਂ ਨੇ। ਜੋ ਵੀ ਫੈਸਲੇ ਪੰਜਾਬ 'ਚ ਹੋਣੇ ਆ, ਰਾਹੁਲ ਗਾਂਧੀ ਨਾਲ ਹੋਣੇ ਆ।
लेकिन सिद्धू साहब की ताकत नूं बहुत घटाता गया, बहुत सारे चेहरे इको वेले अगे वधाते गए आ। हुण पंजाब मॉडल कित्थे जाऊगा सिद्धू दा और सिद्धू कित्थे जाणगे यह देखना होगा, क्योंकि मैनूं नहीं लगता भी ये चेहरा अनाउंस करके अगे वधणगे, जे बहुत अणसर दी लोड़ होई फेर करनगे। और अगले दिनां च कुछ नाराजगियां होर देखण नूं मिल सकदियां, बीजेपी जाखड़ साहब दे नाल अगे वध सकदी आ, इहदी संभावना बनी होई आ, क्योंकि जदों तुसीं कितें अपने मौके मुक जांदे वेखदे हो दूजी जगह चुनण दे विच तुहानूं आसानी रहिंदी आ। मैं काली दे विच अगे जाऊंगा, बीजेपी की राजनीति विच ढींडसा की राजनीति का बड़ा अहम रोल होने वाला सी, उन्होंने सिख चेहरे चाहिए सी, ढींडसा कोल सिख चेहरे सी, उन्हां दी जिहड़ी मीटिंग होई आ उहदे विच काफी अलारू बिरती वाले लोग भी रहे, खास तौर पर ब्रह्मपुरा धड़े ने सख्ती नाल विरोध किया भी बीजेपी नूं पिंडां चों वोटां नहीं पैणियां। बहुत सारे ऐसे पक्ष सामने आए जिथे कल्लियां चलण की भी गल हुई है। एक होर डिवेलपमेंट सी जिहदे विच परमिंदर ढींडसा नाल आम आदमी पार्टी की गलबात हुई हुंदी रही, पहला उन्होंने इन्हों दो टिकटां खडूर साहब और लहरा ऑफर कीतियां, उस तो बाद उन्होंने परसों रात दो होर ऑफर करतियां, नाल ही कहता भी तुसीं लड़ोगे साडे चोण ते असीं तुहानूं अलायंस वजो नाल नहीं लै सकते, वो चार दे रहे हैं। लेकिन मैं सब तो अहम जिहड़ी गल करना चाहुंदा तो उत्थों पुछना चाहुंदा, जदों ढींडसा साहब बादलां नाल रुस गए, साल भर चुप रहे, फैसला नहीं किया, देर नाल किया, पार्टी बना ली, पार्टी बनाई, फिर यह फैसला नहीं हो सकिया कि वह ब्रह्मपुरा दे नाल जाणगे, कट्ठे जाणगे, वक्खरे जाणगे, पार्टी बनाउण तों बाद वह सरगर्मी विढ़ण दे विच नाकामयाब रहे, वह फैसले करन च नाकामयाब रहे, हुण फिर फैसले की घड़ी दे विच ढींडसा साहब दुबदा च ने, दुबदा दुचित्तियां मार दियां ने, पहलां भी वह फैसला नहीं कर सके कि असीं धार्मिक राजनीति करनी आ जां असीं चुनावी राजनीति विधान सभाई करनी आ, असीं सरकार बनाउणी आ कि श्रोमणी कमेटी हथे आउणी आ, इह सारे मामले ਉਹੀ ਚੱਲਦੇ ਰਹੇ। ਲੇਕਿਨ ਢੀਂਡਸਾ ਤੇ ਠੱਪਾ ਲੱਗ ਰਿਹਾ ਦਿਨ ਬਦਿਨ, ਸਾਡੇ ਉਹਨਾਂ ਨਾਲ ਬਹੁਤ ਪਿਆਰੇ ਤਲੁਕਾਤ ਆ, ਲੇਕਿਨ ਪਿਆਰ ਤੇ ਪ੍ਰੋਫੈਸ਼ਨ ਦਾ ਕੋਈ ਤਾਲਮੇਲ ਨਹੀਂ। ਮਾਫੀ ਮੰਗ ਲੈਂਦੇ ਹਾਂ, ਢੀਂਡਸਾ ਸਾਹਿਬ ਫੈਸਲੇ ਨਹੀਂ ਲੈ ਪਾ ਰਹੇ, ਉਹਨਾਂ ਤੇ ਕਿਹੜੇ ਪ੍ਰੈਸ਼ਰ ਆ, ਲੇਕਿਨ ਇਸੇ ਦੌਰ 'ਚ ਕਿਸੇ ਦਿਨ ਵੱਡੇ ਬਾਦਲ ਸਾਹਿਬ ਸਿਆਸਤ ਦੇ ਬਾਬਾ ਬੋਰਡ ਬ੍ਰਹਮਪੁਰਾ ਸਾਹਿਬ ਦਾ ਹਾਲ ਪੁੱਛਣ ਆ ਸਕਦੇ ਆ, ਚਾਹ ਪੀਤਿਆਂ ਦੀ ਫੋਟੋ ਆ ਸਕਦੀ ਆ, ਉਹ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਦੇ ਨਜ਼ਰ ਆ ਸਕਦੇ ਆ। 14 ਦਸੰਬਰ ਤੋਂ ਪਹਿਲਾਂ ਵੀ ਕਿਸੇ ਦਿਨ ਇਹ ਹੋ ਸਕਦਾ, ਕਿਉਂਕਿ 14 ਦਸੰਬਰ ਨੂੰ ਬਾਦਲ ਸਾਹਿਬ ਨੇ ਕਿੱਲੀ ਚਾਲਾਂ 'ਚ ਬੋਲਣਾ। ਇਹ ਦੋ ਤਿੰਨ ਚੀਜ਼ਾਂ ਨੂੰ ਇਕੱਠਿਆਂ ਕਰਕੇ ਤੋਰਿਓ ਅੱਗੇ ਕਿ ਢੀਂਡਸਿਆਂ ਨੂੰ ਜੇ ਇਸ ਵਾਰੀ ਦੇਰੀ ਹੋ ਗਈ ਤਾਂ ਸ਼ਾਇਦ ਪੰਜਾਬ ਦੇ ਵਿੱਚ ਸਿੱਖ ਰਾਜਨੀਤੀ 'ਚ ਥਿਉਣਾ ਆਪਣਾ ਆਪ ਲੱਭਣਾ ਔਖਾ ਹੋ ਜਾਊਗਾ। ਉਹਨਾਂ ਨੇ ਜਿਸ ਵੀ ਦਿਸ਼ਾ 'ਚ ਬਹਿਣਾ ਹੈ ਬਹਿ ਜਾਣਾ ਚਾਹੀਦਾ ਹੈ, ਤੁਰਦੇ ਪਾਣੀ ਕਹਿੰਦੇ ਨਿਰਮਲ ਹੁੰਦੇ। ਰੰਧਾਵਾ ਜੀ, ਤੁਸੀਂ ਮੈਨੂੰ ਇੱਕ ਗੱਲ ਬੜੀ ਯਾਦ ਆ ਗਈ, ਤੁਸੀਂ ਕਿਹਾ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਰਣਜੀਤ ਸਿੰਘ ਬ੍ਰਹਮਪੁਰਾ ਉਹਨਾਂ ਦੇ ਘਰੇ ਜਾ ਕੇ ਚਾਹ ਪੀ ਲੈਣ ਤੇ ਚੁਸਕੀਆਂ ਚੁਸਕੀਆਂ ਦੇ ਵਿੱਚ ਗੱਲ ਫਿਰ ਅੱਗੇ ਵੱਧ ਜੇ। ਲੇਕਿਨ ਇਹ ਵੀ ਕਿਹਾ ਜਾਂਦਾ ਕਿ ਜਦੋਂ ਕਿਸੇ ਟਾਈਮ, ਹੁਣ ਤਾਂ ਕਿਉਂਕਿ ਸਥਿਤੀਆਂ ਪ੍ਰਸਥਿਤੀਆਂ ਵੱਖਰੀਆਂ ਨੇ, ਜਦੋਂ ਬਾਦਲ ਸਾਹਿਬ ਕਿਸੇ ਨੂੰ ਜਾ ਕੇ ਘਰੇ ਮਿਲ ਆਉਂਦੇ ਸੀ ਤੇ ਫਿਰ ਉਹਦਾ ਜਿਹੜਾ ਸਿਆਸੀ ਜੀਵਨ ਬਹੁਤ ਥੋੜਾ ਰਹਿ ਜਾਂਦਾ ਸੀ, ਇਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ। ਹੁਣ ਗੱਲ ਹੈ ਕਿਸੇ ਦਾ ਸਿਆਸੀ ਜੀਵਨ ਵਧਾਉਣ ਦੀ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਸੁਖਦੇਵ ਸਿੰਘ ਢੀਂਡਸਾ ਜਦੋਂ ਕਹਿੰਦੇ ਲੀਡਰ ਆ, ਉਹ ਲੀਡਰ ਹੁੰਦਾ ਜਿਹੜਾ ਲੀਡ ਕਰਦਾ, ਜਿਹੜਾ ਅੱਗੇ ਹੋ ਕੇ ਸੇਧ ਦਿੰਦਾ। ਜਦੋਂ ਇਹ ਵੱਖਰੇ ਹੁੰਦੇ ਆ ਤੇ ਇਹਨਾਂ ਨੂੰ ਆਪਣਾ ਇੱਕ ਨਕਸ਼ਾ ਤਿਆਰ ਹੋਣਾ ਚਾਹੀਦਾ ਸੀ ਕਿ ਅੱਗੇ ਅਸੀਂ ਕਰਨਾ ਕੀ ਆ। ਔਰ ਵਾਕਿਆ ਤੁਹਾਡੀ ਗੱਲ ਠੀਕ ਹੈ ਕਿ ਇੱਕ ਸਾਲ ਤੱਕ ਇਹੀ ਨਾ ਪਤਾ ਲੱਗਣਾ ਕਿ ਆਪਾਂ ਕਰਨਾ ਕੀ ਆ, ਆਪਾਂ ਵੱਖਰੇ ਤਾਂ ਹੋ ਗਏ। ਲੇਕਿਨ ਉਸ ਤੋਂ ਬਾਅਦ ਆਪਣਾ ਇੱਕ ਸੇਧ ਲੈ ਕੇ ਪਾਰਟੀ ਨੂੰ ਜਾਂ ਜੋ ਵੀ ਤੁਸੀਂ ਗਰੁੱਪ ਬਣਾਉਂਦੇ ਹੋ, ਕਿਹੜੇ ਕਿਹੜੇ ਬੰਦੇ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰਨ ਵਾਲੇ ਤੁਹਾਡੇ ਨਾਲ ਆ ਕੇ ਜੁੜਦੇ ਨੇ, ਤੁਹਾਨੂੰ ਕੁਛ ਨਹੀਂ ਸੀ ਪਤਾ ਤੇ ਗੱਲ ਹੁਣ ਆ ਗਈ ਭਾਰਤੀ ਜਨਤਾ ਪਾਰਟੀ ਦੀ। ਕੇਂਦਰ ਦੇ ਵਿੱਚ ਰਹੇ ਨੇ ਜ਼ਿਆਦਾਤਰ, ਤੁਹਾਨੂੰ ਪਤਾ ਸੁਖਦੇਵ ਸਿੰਘ ਢੀਂਡਸਾ, ਅਸੀਂ ਪਹਿਲਾਂ ਵੀ ਗੱਲ ਕੀਤੀ ਆ, ਤੇ ਜਦੋਂ ਸ਼ੁਰੂ ਤੋਂ ਕੈਪਟਨ ਅਮਰਿੰਦਰ ਸਿੰਘ ਇਹਨਾਂ ਦਾ ਨਾਂ ਲੈਂਦੇ ਸੀ ਕਿ ਇਹ ਤਾਂ ਸਾਡੇ ਨਾਲ ਜੁੜਨਗੇ, ਤੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹਨਾਂ ਦੀ ਅਮਿਤ ਸ਼ਾਹ ਹੋਣਾਂ ਨਾਲ ਗੱਲ ਹੋਈ ਤੇ ਸਾਨੂੰ ਇਹ ਅਧਿਕਾਰਿਕ ਤੌਰ ਤੇ, ਰਸਮੀ ਤੌਰ ਤੇ ਦੱਸਿਆ ਵੀ ਗਿਆ, ਤੇ ਫਿਰ ਲੱਗਦਾ ਸੀ ਕਿ ਹੁਣ ਤਾਂ ਆਪਸ ਦੇ ਵਿੱਚ ਸਹਿਮਤੀ ਬਣ ਗਈ ਆ। ਲੇਕਿਨ ਕੱਲ ਇੱਕ ਬੈਠਕ ਹੁੰਦੀ ਆ ਰੰਧਾਵਾ ਜੀ, ਜਿਸ ਵਿੱਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਪਰਮਿੰਦਰ ਸਿੰਘ ਢੀਂਡਸਾ, ਜਗਦੀਸ਼ ਸਿੰਘ ਗਰਚਾ, ਇਹ ਜਿਹੜੇ ਜਸਟਿਸ ਨੇ ਸਾਬਕਾ ਨਿਰਮਲ ਸਿੰਘ ਤੇ ਰਣਜੀਤ ਸਿੰਘ ਤਲਵੰਡੀ, ਇਹ ਸਾਰੇ ਹਾਜ਼ਰ ਹੁੰਦੇ ਆ ਤੇ ਇਹ ਕਹਿੰਦੇ ਨਹੀਂ, ਭਾਜਪਾ ਵੱਲ ਅਜੇ ਅਸੀਂ ਜਾਣਾ ਨਹੀਂ, ਕਿਉਂਕਿ ਭਾਜਪਾ ਦੀ ਹਜੇ ਤੱਕ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਪੈਰ ਨਹੀਂ ਲੱਗ ਰਹੇ। ਬਲਕਿ ਜਿਹੜੇ ਸ਼ਬਦ ਵਰਤੇ ਜਾਂਦੇ ਉਹ ਇਹ ਕਹਿੰਦੇ ਕਿ ਭਾਜਪਾ ਦੇ ਖਿਲਾਫ ਨਫ਼ਰਤ ਆ, ਕਿਉਂਕਿ ਹਜੇ ਵੀ ਬਹੁਤ ਸਾਰੇ ਇਹੋ ਜਿਹੇ ਮਸਲੇ ਨੇ ਜਿਹੜੀ ਭਾਜਪਾ ਹੱਲ ਕਰਨ ਦੇ ਵਿੱਚ ਬਿਲਕੁਲ ਨਾਕਾਮਯਾਬ ਆ ਕਿਸਾਨਾਂ ਦੇ। ਸੋ ਭੁੱਲ ਕੇ ਵੀ ਉੱਧਰ ਨਾ ਜਾਓ, ਕਿਤੇ ਫਾਇਦਾ ਲੈਂਦੇ ਲੈਂਦੇ ਕਿਤੇ ਤੁਹਾਡਾ ਨੁਕਸਾਨ ਨਾ ਹੋ ਜੇ, ਇਹ ਮੀਟਿੰਗ ਦੇ ਵਿੱਚ ਗੱਲ ਉਭਰੀ। ਤੇ ਜਦੋਂ ਬਾਰ ਬਾਰ ਕੈਪਟਨ ਅਮਰਿੰਦਰ ਸਿੰਘ ਵੀ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਹੋਣਾ ਦਾ ਜ਼ਿਕਰ ਕਰ ਦਿੰਦੇ ਸੀ, ਤੇ ਸੁਖਦੇਵ ਸਿੰਘ ਢੀਂਡਸਾ ਨੇ ਹਮੇਸ਼ਾ ਇਸ ਗੱਲ ਨੂੰ ਨਕਾਰਿਆ
कि नहीं भाई साडा उन्हां दे नाल कोई किस तरह तालुकात नहीं। हुण जिहड़ी नवीं डिवेलपमेंट की तुसीं गल कर रहे हो, आम आदमी पार्टी नाल हमेशा ही जिहड़ी है शुरू तों इन्हां दी गल चल रही है। आम आदमी पार्टी चाहुंदी सी कि जिहड़े ढींसा ग्रुप आ या ब्रह्मपुरा ग्रुप आ, इह साडे नाल ही साडे विच ही शामिल हो जाण, कोई वक्खरा धिर ना बणे। असीं अलायंस नहीं करना, साडे इक पार्टी दे विच आ के साडे सिंबल ते लड़ो, जो इन्हां नूं मंजूर नहीं सी। लेकिन परिस्थितियां नूं देखदे हो जिस तरह यह लगता कि इस टाइम जे ये संयुक्त जिहड़ा श्रोमणी अकाली दल संयुक्त है जे लड़ भी जाए तो बहुत ज्यादा इन्हां दे हथ पले पैण नहीं आला कुछ। सो जे एक पार्टी का साथ मिल जाता, एक पार्टी का जो सपोर्ट मिल जाती है तो फिर तुहाडे चांसिस वध जाते हैं। जे दो सीटा तो चार सीटा भी मिल जाण तो संयुक्त जिहड़ा ये मोर्चा इन्हां ने बनाया श्रोमणी अकाली दल का नवा, शायद उहदे पैर किसी तरह सियासी तौर पर पंजाब दे विच लग जाण। सो सोचण दी गल आ, हुण आम आदमी पार्टी ने जाना कि भारतीय जनता पार्टी ने जाना, ये तो देखो दबाव उन्हां ते वी रहना। कल्ले सुखदेव सिंह ढींसा नूं तां भारतीय जनता पार्टी ने भी नहीं लैना, उन्हां नूं भी चाहीदा कि दो चार बंदे होर नाल लैके आउण, कुछ इस तरह के व्यक्ति लैके आउण जिन्हां नाल साडी भी पार्टी का कुछ फायदा होवे। सो ये भी आने वाले दिनों च देखांगे कि ये जिहड़ा ऊंट आ उह किस करवट बैठदा। ਢੀਂਡਸਾ ਸਾਹਿਬ ਜਦੋਂ ਅਮਿਤ ਸ਼ਾਹ ਨੂੰ ਮਿਲਦੇ ਨੇ ਦਿੱਲੀ ਦੇ ਵਿੱਚ ਤਾਂ ਕਾਫੀ ਧੁੰਦ ਛੱਟ ਜਾਂਦੀ, ਫੈਸਲੇ ਹੋ ਜਾਂਦੇ ਆ। ਢੀਂਡਸਾ ਇਹੀ ਪ੍ਰਭਾਵ ਲੈ ਕੇ ਆਪਣੀ ਪਾਰਟੀ ਨੂੰ ਮਿਲਦੇ ਨੇ ਕੋਰ ਕਮੇਟੀ ਦੇ ਵਿੱਚ ਕਿ ਅਸੀਂ ਅਨਾਉਂਸਮੈਂਟ ਹੀ ਕਰਨੀ ਬਾਕੀ ਹੈ, ਕਿਉਂਕਿ ਉਹ ਸਿਧਾਂਤਕ ਸਹਿਮਤੀ ਬਣਾ ਕੇ ਆਏ ਸੀ ਜਦੋਂ ਅਮਿਤ ਸ਼ਾਹ ਨੇ ਇਹ ਐਲਾਨ ਕਰਤਾ ਸੀ ਕਿ ਅਸੀਂ ਢੀਂਡਸਾ ਔਰ ਕੈਪਟਨ ਅਮਰਿੰਦਰ ਸਿੰਘ ਨਾਲ ਗੱਠਜੋੜ ਕਰ ਰਹੇ ਹਾਂ। ਇਹ ਬੜੀ ਵੱਡੀ ਡਿਵੈਲਪਮੈਂਟ ਸੀ। ਵੈਸੇ ਆਮ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਇਸ ਕੱਦ ਦੇ ਲੀਡਰ ਕਹਿੰਦੇ ਨਹੀਂ, ਗੱਲ ਮੁੱਕ ਚੁੱਕੀ ਸੀ, ਲੇਕਿਨ ਜਦੋਂ ਕੋਰ ਕਮੇਟੀ ਚ ਬੈਠਦੇ ਆ ਤੇ ਢੀਂਡਸਾ ਸਾਹਿਬ ਆਪਣੇ ਹੀ ਫੈਸਲੇ ਨੂੰ ਅੱਗੇ ਵਧਾਉਣ ਚ ਨਾਕਾਮਯਾਬ ਰਹਿੰਦੇ ਆ। ਉਹਨਾਂ ਦੇ ਪੁੱਤਰ ਦਾ ਐਟੀਟਿਊਡ ਜਾਂ ਕੱਲਿਆਂ ਤੁਰਨ ਵੱਲ ਜਾਂ ਆਮ ਆਦਮੀ ਪਾਰਟੀ ਦੇ ਝੁਕਾਅ ਵੱਲ ਵੱਧਦਾ ਹੈ, ਉਹ ਲੀਡਰਸ਼ਿਪ ਬਾਕੀ ਵੀ ਦੇਖਦੀ ਹੈ। ਦੋਵਾਂ ਪਿਓ ਪੁੱਤਾਂ ਦੇ ਵਿੱਚ ਵਿਚਾਰ ਦੇ ਨਜ਼ਰੀਓਂ ਇੱਕ ਫਰਕ ਆਇਆ ਹੋਇਆ, ਇਸੇ ਕਰਕੇ ਸ਼ਾਇਦ ਸੁਖਦੇਵ ਸਿੰਘ ਢੀਂਡਸਾ ਸਖਤੀ ਨਾਲ ਫੈਸਲਾ ਲੈਣ ਦੀ ਸਥਿਤੀ ਵਿੱਚ ਨਹੀਂ ਜਾਪੇ। ਲੇਕਿਨ ਇਹ ਫੈਸਲਾ ਦੇਰ ਸਵੇਰ ਕਰਨਾ ਹੀ ਪੈਣਾ, ਇਹਦੇ ਲਈ ਜ਼ਿਆਦਾ ਤੋਂ ਜ਼ਿਆਦਾ 2 ਜਾਂ 3 ਦਿਨ 'ਚ ਉਹਨਾਂ ਨੂੰ ਕਰਨਾ ਪੈਣਾ। ਉਹ ਕਿੰਨਾ ਅਸਰ ਪਾਉਂਦੇ ਵੱਖਰੀ ਗੱਲ ਆ, ਲੇਕਿਨ ਸਿਆਸਤ ਤਾਂ ਡਿਸਕਸ ਕਰਨੀ ਪੈਂਦੀ ਹੈ। ਮੈਂ ਹੁਣ ਇਸ ਤੋਂ ਅੱਗੇ ਜਾਊਂਗਾ ਕਿ ਅੱਜ ਇੱਕ ਅਪੁਸ਼ਟ ਖਬਰ ਹੈ ਕਿ ਸ਼੍ਰੋਮਣੀ ਕਮੇਟੀ ਮਿਲ ਰਹੀ ਆ ਦਿੱਲੀ ਕਮੇਟੀ ਲਈ ਮੈਂਬਰ ਨਾਮਜ਼ਦ ਕਰਨ ਲਈ, ਕਿਉਂਕਿ ਉਹਨਾਂ ਜਿਹੜਾ ਪਹਿਲਾਂ ਮੈਂਬਰ ਨਾਮਜ਼ਦ ਕੀਤਾ ਸੀ ਉਹ ਲਗਭਗ ਰਿਜੈਕਸ਼ਨ ਵਰਗੀ ਸਥਿਤੀ ਬਣ ਗਈ, ਕਿਉਂਕਿ ਉਹ ਪੰਜਾਬੀ ਲਿਖਣ ਦੇ ਵਿੱਚ ਅਸਫਲ ਹੋਏ। ਹੁਣ ਕੋਰਟ ਦੇ ਵਿੱਚ ਕੇਸ ਦਿੱਲੀ ਹਾਈ ਕੋਰਟ 'ਚ ਚੱਲਦਾ ਹੈ, ਉਹ ਕੇਸ ਨੇ ਵੀ ਗਾਹ ਤਾਂ ਹੀ ਅੱਗੇ ਵਧਣਾ ਹੈ, ਕਿਉਂਕਿ ਜੇ ਸ਼੍ਰੋਮਣੀ ਕਮੇਟੀ ਆਪਣਾ ਨਵਾਂ ਮੈਂਬਰ ਨਾਮਜ਼ਦ ਕਰ ਦਿੰਦੀ ਹੈ ਤਾਂ ਕੇਸ ਆਟੋਮੈਟਿਕਲੀ ਖਤਮ ਹੋ ਜਾਂਦਾ ਹੈ। ਲੇਕਿਨ ਇਹਦੇ 'ਚ ਇੱਕ ਟਵਿਸਟ ਆ, ਜਦੋਂ ਨੋਮੀਨੇਸ਼ਨ ਦੇ ਰੂਪ ਦੇ ਵਿੱਚ ਬੰਦਾ ਦਿੱਤਾ ਜਾਊਗਾ ਤੇ ਉਹ ਫੈਸਲਾ ਹੋਊਗਾ ਕਿ ਸੁਖਬੀਰ ਤੇ ਭਾਜਪਾ, ਸੁਖਬੀਰ ਤੇ ਸਿਰਸਾ ਇਕੱਠੇ ਨੇ ਵੱਖ ਨੇ, ਦਿੱਲੀ ਦੀ ਪੋਲੀਟਿਕਸ ਸਿੱਖ ਪੋਲੀਟਿਕਸ ਅਜੇ ਪਹਿਲਾਂ ਵਰਗੀ ਆ ਜਾਂ ਸਿਰਸਾ ਦੇ ਜਾਣ ਤੋਂ ਬਾਅਦ ਬਿਲਕੁਲ ਬਦਲ ਗਈ ਆ। ਸੁਖਬੀਰ ਬਾਦਲ ਦੀ ਕ੍ਰੈਡੀਬਿਲਟੀ, ਉਹਨਾਂ ਦਾ ਸਪਸ਼ਟ ਹੋਣਾ ਇਹ ਸਾਰੇ ਮਾਮਲਿਆਂ 'ਚ ਇਸ ਫੈਸਲੇ ਤੋਂ ਬਾਅਦ ਹੋਊਗਾ। ਇਹ ਅੱਜ ਆਉਂਦਾ ਕਿ ਨਹੀਂ ਆਉਂਦਾ, ਪਰ ਇਹ ਫੈਸਲਾ ਕੌਣ ਹੋਊਗਾ ਕਿ ਸੁਖਬੀਰ ਕਿੱਥੇ ਖੜੇ ਆ? ਮੈਨੂੰ ਟਿੱਪਣੀ ਦਿਓ ਜ਼ਰਾ, ਜੇ ਸਿਰਸੇ ਵੱਲੋਂ ਸੁਝਾਇਆ ਜਾਂ ਸਿਰਸੇ ਨਾਲ ਜੁੜੇ ਮੈਂਬਰਾਂ ਨੇ ਸਿਫਾਰਿਸ਼ ਕੀਤੇ ਬੰਦੇ ਨੂੰ ਸ਼੍ਰੋਮਣੀ ਕਮੇਟੀ ਨੋਮੀਨੇਟ ਕਰ ਦਿੰਦੀ ਆ, ਤਾਂ ਫਿਰ ਇਹਨੂੰ ਕਿਵੇਂ ਲਵਾਂਗੇ? ਰੰਧਾਵਾ ਜੀ, ਆਪਾਂ ਤੁਸੀਂ ਦੇਖੋ ਆਪਾਂ ਇਸ ਬਾਰੇ ਵਿਚਾਰ ਵੀ ਕਰ ਰਹੇ ਸੀ ਤੇ ਆਪਾਂ ਨੂੰ ਨਾਮ ਪਤਾ ਵੀ ਆ ਔਰ ਤੁਹਾਨੂੰ ਪਤਾ, ਲੇਕਿਨ ਮੈਨੂੰ ਲੱਗਦਾ ਕਿ ਜਿੰਨੀ ਦੇਰ ਤੱਕ ਕੋਈ ਫੈਸਲਾ ਨਹੀਂ ਹੋ ਜਾਂਦਾ ਨਾਮ ਲੈਣਾ ਉਦੋਂ ਹੀ ਬਿਹਤਰ ਹੋਊਗਾ। ਲੇਕਿਨ ਇਸ ਬਿਲਕੁਲ ਲੇਕਿਨ ਇਹ ਸੰਕੇਤ ਜ਼ਰੂਰ ਦੇ ਜਾਏਗਾ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਰਾਜਨੀਤੀ ਕਿੱਥੇ ਖੜੀ ਆ। ਜਿਹੜੇ ਇਲਜ਼ਾਮ ਲੱਗ ਰਹੇ ਨੇ, ਇੱਕ ਪਾਸੇ ਤਾਂ ਇਲਜ਼ਾਮ ਇਹ ਹੈ ਕਿ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੂੰ ਬਾਂਹ ਮਰੋੜ ਕੇ ਲੈ ਗਏ, ਤੇ ਦੂਸਰੇ ਪਾਸੇ ਆਪਣੇ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੇ ਕਿਆਸੇ ਜਾਂ ਕਨਸੂਹਾਂ ਆ ਰਹੀਆਂ ਨੇ ਕਿ ਸ਼ਾਇਦ ਆਪਸ ਚ ਰਲ ਮਿਲ ਕੇ ਸਾਰਾ ਕੁਛ ਹੋ ਗਿਆ। ਸੋ ਉਹਨਾਂ ਦੀ ਨੋਮੀਨੇਸ਼ਨ ਤੇ ਕਿ ਕਿਸ ਤਰ੍ਹਾਂ ਦਾ ਚਿਹਰਾ ਅੱਗੇ ਨੋਮੀਨੇਟ ਹੁੰਦਾ ਬਹੁਤ ਨਿਰਭਰ ਕਰਦਾ, ਉਸੇ ਤੋਂ ਆਪਾਂ ਕੋਈ ਕਈ ਤਰ੍ਹਾਂ ਦੇ ਅੰਦਾਜ਼ੇ ਲਾ ਸਕਦੇ ਹਾਂ। ਬਾਕੀ ਰਾਜਨੀਤੀ ਦੇ ਵਿੱਚ ਜਾਂ ਕਿਸੇ ਵੀ ਸਿਆਸਤ ਦੇ ਵਿੱਚ ਰਾਤੋ ਰਾਤ ਬਦਲ ਜਾਣਾ ਜਾਂ ਕੋਈ ਨਵੀਂ ਡਿਵੈਲਪਮੈਂਟ ਹੋ ਜਾਣੀ ਉਹਨੂੰ ਆਪਾਂ ਇਨਕਾਰ ਨਹੀਂ ਕਰ ਸਕਦੇ, ਉਹ ਵੀ ਸੰਭਵ ਹੁੰਦੀ ਆ। ਲੇਕਿਨ ਦੇਖਣਾ ਹਜੇ ਥੋੜਾ ਜਿਹਾ ਇੰਤਜ਼ਾਰ ਕਰਨਾ ਪਊਗਾ, ਫਿਰ ਦੇਖਦੇ ਹਾਂ ਕਿ ਰਾਜਨੀਤੀ ਕਿਹੜੇ ਪਾਸੇ ਨੂੰ ਜਾਈ ਤੇ ਫਿਰ ਆਪਾਂ ਇਸ ਤੇ ਚਰਚਾ ਜ਼ਰੂਰ ਕਰਾਂਗੇ। ਜੀ ਇਹ ਤੇ ਨਿੱਠ ਕੇ ਗੱਲ ਕਰਾਂਗੇ, ਪਹਿਲਾਂ ਫੈਸਲੇ ਹੋ ਲੈਣ ਕਿ ਧਾਰਾ ਕਿਹੜੀ ਵਹਿੰਦੀ ਹੈ। ਅੱਛਾ, ਪਰ ਮੈਨੂੰ ਮੈਨੂੰ ਇਹ ਦੱਸਿਓ, ਜਦੋਂ ਕੈਪਟਨ ਅਮਰਿੰਦਰ ਸਿੰਘ ਕੱਲ ਕਹਿੰਦੇ ਵੀ ਮੈਨੂੰ ਅਜੇ ਨਾ ਪੁੱਛੋ, ਉਹਨਾਂ ਦੀ ਮੁਸਕਰਾਹਟ ਕਹਿੰਦੇ ਮੁਸ਼ਕੜੀਏ ਹੱਸਣਾ ਪੰਜਾਬੀ ਚ ਮਾਝੇ ਵਾਲੇ ਪਾਸੇ, ਤੇ ਉਹਨਾਂ ਦਾ ਇਹ ਹੱਸ ਕੇ ਕਹਿਣਾ ਵੀ ਅਜੇ ਨਾ ਪੁੱਛੋ ਵੀ ਮੇਰੇ ਨਾਲ ਕਿਹੜੇ ਕਾਂਗਰਸੀ ਆ, ਪਰ ਸਮਝ ਆਉਂਦੀ ਆ
ਜਦੋਂ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਦੇ ਵਿੱਚ ਜਾ ਕੇ ਕਿੱਲ ਠੋਕ ਦਿੰਦੇ ਆ ਤੇ ਆਪਣਾ ਬਿਗਲ ਵਜਾ ਦਿੰਦੇ ਆ, ਉਸੇ ਵੇਲੇ ਫਤਿਹ ਸਿੰਘ ਬਾਜਵਾ ਕਹਿੰਦੇ ਮੈਂ ਹਰ ਉੱਚੇ ਨੀਵੇਂ ਚ ਨਾਲ ਸੀ। ਇਹ ਕੀ ਕਰ ਰਹੇ ਮੈਨੂੰ ਨਹੀਂ ਪਤਾ, ਪਰ ਪਤਾ ਲੱਗ ਜੂ ਕੀ ਹੁੰਦਾ। ਇਹਦਾ ਮਤਲਬ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਹੈ ਕਿ ਮੇਰੇ ਕੈਂਡੀਡੇਟ ਕਿੱਥੋਂ ਕਿੱਥੋਂ ਆਉਣੇ ਆ। ਉਹ ਭਾਜਪਾ ਦੇ ਕੈਂਡੀਡੇਟ ਬਣਦੇ ਆ ਜਾਂ ਕੈਪਟਨ ਦੇ ਬਣਦੇ ਆ, ਆਮ ਆਦਮੀ ਪਾਰਟੀ ਦੇ ਤਾਂ ਉੱਥੋਂ ਜਗਰੂਪ ਸਿੰਘ ਸੇਖਵਾਂ ਹੈਗੇ ਹੀ ਆ। ਇਹਦਾ ਮਤਲਬ ਬੜਾ ਸਾਫ਼ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੂਰ ਤੱਕ ਵੇਖ ਰਹੇ ਆ। ਜੇ ਸੁਖਜਿੰਦਰ ਸਿੰਘ ਰੰਧਾਵਾ ਦੇ ਭਰਾ ਇੰਦਰਜੀਤ ਸਿੰਘ ਧਾਰੋਵਾਲੀ ਦੇ ਵਿੱਚ ਡਿਪਟੀ ਸੀਐਮ ਦੇ ਨਾਲ ਰਹਿ ਕੇ ਇੱਕੋ ਪਰਿਵਾਰ ਚ ਰਹਿ ਕੇ ਜੇ ਕੈਪਟਨ ਦੇ ਨਾਲ ਤੁਰ ਪਏ, ਮੁਕਾਬਲੇ ਤਾਂ ਹੋਣਗੇ ਕਿੱਡੇ ਵੱਡੇ ਹੁੰਦੇ ਪਤਾ ਨਹੀਂ। ਫਤਿਹ ਜੰਗ ਸਿੰਘ ਬਾਜਵਾ ਵੀ ਪੈਸੇ ਪੱਖੋਂ ਸੌਖੇ ਆ, ਲੜਾਈ ਭਰਾਵਾਂ ਚ ਹੀ ਹੋਣੀ ਆ, ਨਾਲ ਭਰਾਵਾਂ ਚ ਹੀ ਲੜਾਈ ਹੋਣੀ ਆ। ਕੈਪਟਨ ਅਮਰਿੰਦਰ ਸਿੰਘ ਦੇ ਕੱਲ ਦੇ ਦਾਅਵਿਆਂ ਨੇ ਤੇ ਪ੍ਰਤਾਪ ਸਿੰਘ ਬਾਦਲ ਤੇ ਮਾਫੀ ਚਾਹੁੰਦਾ ਪ੍ਰਤਾਪ ਸਿੰਘ ਬਾਜਵਾ ਔਰ ਉਹਨਾਂ ਦੇ ਭਰਾ ਦੀ ਜੰਗ ਚ ਅਹਿਮੀਅਤ ਵਧਾ ਦਿੱਤੀ ਆ ਅਮਰਿੰਦਰ ਸਿੰਘ ਦੀ। ਕੀ ਕਹਿੰਦੇ ਹੋ? ਰੰਧਾਵਾ ਜੀ, ਮੈਂ ਕੱਲ ਕੈਪਟਨ ਅਮਰਿੰਦਰ ਸਿੰਘ ਦੀ ਉਹ ਸਾਰੀ ਪ੍ਰੈਸ ਕਾਨਫਰੰਸ ਦੇਖੀ ਤੇ ਮੈਨੂੰ ਕੱਲ ਕੈਪਟਨ ਅਮਰਿੰਦਰ ਸਿੰਘ ਬਹੁਤ ਬੁਖਲਾਏ ਹੋਏ, ਬਹੁਤ ਕਨਫਿਊਜ਼ਡ ਤੇ ਕਿਸੇ ਵੀ ਸਵਾਲ ਦਾ ਸਹੀ ਤਰ੍ਹਾਂ ਜਵਾਬ ਨਾ ਦੇ ਸਕਣ ਵਾਲੇ ਇੱਕ ਵਿਅਕਤੀ ਲੱਗਾ। ਲੱਗਦਾ ਨਹੀਂ ਸੀ ਕਿ ਇਹਨਾਂ ਦੀ 52 ਸਾਲ ਪੁਰਾਣੀ ਰਾਜਨੀਤੀ ਰਹੀ ਆ, ਲੱਗਦਾ ਨਹੀਂ ਸੀ ਕਿ ਲਗਾਤਾਰ 10 ਸਾਲ ਇਹ ਪੰਜਾਬ ਦੇ ਮੁੱਖ ਮੰਤਰੀ ਹਜੇ ਪਿੱਛੇ ਪਿੱਛੇ ਹੀ ਇਹ ਲਏ ਨੇ। ਇੱਕ ਜਿਹੜਾ ਕੌਨਫੀਡੈਂਸ ਹੁੰਦਾ ਜਦੋਂ ਸੱਤਾ ਚ ਹੁੰਦੇ ਹੋ ਤੁਸੀਂ ਜਾਂ ਕਿਸੇ ਅਹੁਦੇ ਤੇ ਹੁੰਦੇ ਹੋ, ਉਹ ਜੋ ਕੌਨਫੀਡੈਂਸ ਸੀ ਉਹ ਕੰਪਲੀਟਲੀ ਮੈਂ ਉਹਨਾਂ ਚ ਮਿਸਿੰਗ ਦੇਖਿਆ, ਗੈਰ ਹਾਜ਼ਰ ਦੇਖਿਆ, ਉਹ ਕਿਤੇ ਲੱਗਦਾ ਹੀ ਨਹੀਂ ਸੀ। ਜਦੋਂ ਵੀ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ ਸੀ ਕਿ ਕਿਹੜੇ ਕਿਹੜੇ ਵਿਅਕਤੀ ਤੁਹਾਡੇ ਨਾਲ ਆਉਣਗੇ ਜਾਂ ਕੌਣ ਕੌਣ ਜੁੜਨਗੇ, ਤਾਂ ਉਹੀ ਕਹਿ ਦਿੰਦੇ ਸੀ ਦੇਖਦੇ ਹਾਂ ਆਪਾਂ, ਤੁਸੀਂ ਦੇਖੀ ਜਾਓ, ਤੁਸੀਂ ਥੋੜੀਆਂ ਟਿਕਟਾਂ ਵੰਡ ਲੈਣ ਦਿਓ। ਯਾਨੀ ਕਿ ਸਾਰੀਆਂ ਦੀਆਂ ਸਾਰੀਆਂ ਉਹਨਾਂ ਦੀਆਂ ਉਮੀਦਾਂ ਉਹਨਾਂ ਨਾਰਾਜ਼ ਵਿਅਕਤੀਆਂ ਤੋਂ ਰਹਿਣਗੀਆਂ ਜਿਨ੍ਹਾਂ ਨੂੰ ਕੋਈ ਨਾ ਕੋਈ ਪਾਰਟੀ ਟਿਕਟ ਨਹੀਂ ਦੇਵੇਗੀ। ਇਹਦਾ ਮਤਲਬ ਆਪਣੇ ਆਪ ਕੋਈ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਜਾਂ ਬਤੌਰ ਉਹਨਾਂ ਨੂੰ ਲੀਡਰ ਬਣ ਕੇ ਉਹਨਾਂ ਨਾਲ ਤੁਰਨ ਨੂੰ ਤਿਆਰ ਨਹੀਂ ਆ। ਉਹ ਤਾਂ ਉਹ ਵਿਅਕਤੀ ਆਉਣਗੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਣੀ ਜਾਂ ਜਿਹੜੇ ਪਾਰਟੀ ਤੋਂ ਨਾਰਾਜ਼ ਹੋ ਜਾਣਗੇ ਜਾਂ ਜਿਨ੍ਹਾਂ ਨੂੰ ਟਿਕਟ ਮਿਲੂਗੀ ਕਿਸੇ ਹੋਰ ਐਸੇ ਇਲਾਕੇ ਤੋਂ ਜਿੱਥੇ ਉਹ ਜਿੱਤ ਨਾ ਸਕਣ। ਸੋ ਉਹਨਾਂ ਤੇ ਇਹ ਆਸ ਲਾ ਕੇ ਬੈਠੇ ਆ। ਸੋ ਕੱਲ ਮੈਨੂੰ ਉਹਨਾਂ ਦੀ ਸਥਿਤੀ ਦੇਖ ਕੇ ਵਾਕਿਆ ਲੱਗਾ ਕਿ ਨਹੀਂ, ਇਹ ਹੁਣ ਇਸ ਤਰ੍ਹਾਂ ਉਹ ਲੀਡਰ ਨਹੀਂ ਰਹੇ ਜੋ ਹਜੇ ਥੋੜੇ ਮਹੀਨੇ ਪਹਿਲਾਂ ਹੀ ਉਹਨਾਂ ਨੂੰ ਜਾਣਿਆ ਜਾਂਦਾ ਸੀ। ਬਾਕੀ ਰਹਿ ਗਈ ਪ੍ਰਤਾਪ ਸਿੰਘ ਬਾਜਵਾ ਹੋਣਾ ਦੀ ਗੱਲ। ਦੇਖੋ ਇਹ ਹੁਣ ਘਰ ਚ ਲੜਾਈ ਆ ਗਈ ਹੈ ਕਾਹਨੂੰਵਾਨ ਤੋਂ। ਪ੍ਰਤਾਪ ਸਿੰਘ ਬਾਜਵਾ ਤੁਹਾਨੂੰ ਪਤਾ 1992, 1997 ਤੇ ਫਿਰ 2007 ਦੇ ਵਿੱਚ ਇਹ ਲਗਾਤਾਰ ਉੱਥੋਂ ਬਣਦੇ ਰਹੇ ਨੇ MLA ਤੇ ਬਾਅਦ ਚ ਰਾਜ ਸਭਾ। ਔਰ ਪ੍ਰਤਾਪ ਸਿੰਘ ਬਾਜਵਾ ਨੇ ਵਿਨੋਦ ਖੰਨਾ ਤੱਕ ਨੂੰ ਹਰਾਇਆ ਹੋਇਆ ਗੁਰਦਾਸਪੁਰ ਤੋਂ, ਜਿਹੜੀ ਕਿਸੇ ਟਾਈਮ ਲੱਗਦਾ ਸੀ ਕਿ ਵਿਨੋਦ ਖੰਨਾ ਨੂੰ ਤਾਂ ਕੋਈ ਹਰਾ ਹੀ ਨਹੀਂ ਸਕਦਾ। ਸੋ ਇਸ ਤਰ੍ਹਾਂ ਦੀ ਉਹਨਾਂ ਦਾ ਪਿਛੋਕੜਾ ਰਾਜਨੀਤੀ ਆ। ਬਾਅਦ ਚ ਇਹਨਾਂ ਦੀ ਜਿਹੜੀ ਚਰਨਜੀਤ ਕੌਰ ਬਾਜਵਾ ਨੇ, ਇਹਨਾਂ ਦੀ ਧਰਮ ਪਤਨੀ, ਉਹ ਕਾਦੀਆਂ ਤੋਂ ਆ ਕੇ MLA ਬਣਦੇ ਨੇ, ਉਹ ਵੀ ਬਣਦੇ ਨੇ। ਅੱਜ ਉਹਨਾਂ ਦਾ ਸਕਾ ਭਰਾ ਫਤਿਹ ਸਿੰਘ ਬਾਜਵਾ, ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਬੜੇ ਖਾਸ ਸੀ, ਜਿਨ੍ਹਾਂ ਦੇ ਹੱਕ ਦੇ ਵਿੱਚ ਥੋੜੇ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਇੱਕ ਬੜੀ ਭਾਰੀ ਰੈਲੀ ਕੀਤੀ, ਹੱਥ ਫੜ ਕੇ ਉਹਨਾਂ ਦੇ ਖੜੇ ਕੀਤੇ, ਉੱਥੇ ਮੈਨੂੰ ਇਹ ਵੀ ਯਾਦ ਆ ਕਿ ਪ੍ਰਤਾਪ ਸਿੰਘ ਬਾਜਵਾ ਹੋਣਾ ਨੂੰ ਵੀ ਯਾਦ ਕੀਤਾ ਗਿਆ। ਉਹ ਕਹਿੰਦੇ ਮੇਰੇ ਭਰਾ ਨਹੀਂ ਆਏ, ਮੈਂ ਉਹਨਾਂ ਨੂੰ ਯਾਦ ਕਰਦਾ। ਲੇਕਿਨ ਜਦੋਂ ਤੋਂ ਉਹਨਾਂ ਨੇ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਵਾਪਸ ਆਉਣ ਦੀ ਤਿਆਰੀ ਕਰ ਲਈ ਆ, ਔਰ ਹਾਲਾਂਕਿ ਉਹਨਾਂ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਇਆ, ਪਰ ਚਲੋ ਇਹ ਅਹੁਦੇ ਤਾਂ ਚਲੋ ਚੱਲਦੇ ਰਹਿੰਦੇ ਜਿੰਨੀ ਤੱਕ ਚੋਣਾਂ ਹੈਗੀਆਂ ਉਦੋਂ ਤੱਕ ਇਹਨਾਂ ਦੀ ਅਹਿਮੀਅਤ ਹੁੰਦੀ ਹੈ, ਬਾਅਦ ਦੇ ਵਿੱਚ ਇਹਨਾਂ ਦੀ ਕਿਹੜੀ ਅਹਿਮੀਅਤ ਰਹਿੰਦੀ ਹੈ ਆਪਾਂ ਨੂੰ ਪਤਾ ਹੀ ਆ। ਲੇਕਿਨ ਜਿਹੜੀ ਅਹਿਮੀਅਤ ਉਹਨਾਂ ਦੀ ਰਹਿਣੀ ਹੈ, ਉਹ ਕਹਿੰਦੇ ਕਾਦੀਆਂ ਤੋਂ ਤਾਂ ਹੁਣ ਮੈਂ ਚੋਣ ਲੜੂੰਗਾ, ਤੇ ਫਤਿਹ ਜੰਗ ਸਿੰਘ ਬਾਜਵਾ ਕਹਿੰਦੇ ਕਿ ਲੜ ਕੇ ਦਿਖਾਓ, ਇੱਥੇ ਤਾਂ ਮੈਂ ਹੀ ਲੜੂੰਗਾ। ਸੋ ਕਹਿਣ ਦਾ ਮਤਲਬ ਕਿ ਜਿਹੜੇ ਮਿਆਨ ਚ ਤਲਵਾਰਾਂ ਦੋਹਾਂ ਭਰਾਵਾਂ ਨੇ ਖਿੱਚ ਲਈਆਂ, ਕੌਣ ਅੱਗੇ ਆਉਂਦਾ? ਦੇਖੋ ਇੱਕ ਗੱਲ ਜ਼ਰੂਰ ਆ, ਪਾਰਟੀ ਨੂੰ ਨਹੀਂ ਕੋਈ ਪੁੱਛ ਰਿਹਾ ਕਿ ਜੋ ਪਾਰਟੀ ਫੈਸਲਾ ਕਰੂਗੀ। ਆਪ ਮੁਹਾਰੇ ਹੋ ਕੇ ਦੋਨੇ ਭਰਾ ਫੈਸਲੇ ਲਈ ਜਾਂਦੇ ਆ ਕਿ ਮੈਂ ਹੀ ਲੜੂੰਗਾ, ਜਿਵੇਂ ਇਹਨਾਂ ਦਾ ਹੀ ਜਨਮ ਸਿੱਧ ਅਧਿਕਾਰ ਹੋਵੇ। ਹੋ ਸਕਦਾ ਪਾਰਟੀ ਦੇ ਕੋਲੇ ਕੋਈ ਇਹੋ ਜਿਹਾ ਚਿਹਰਾ ਹੋਵੇ, ਉਹ ਖੈਰ ਦੋਨਾਂ ਤੋਂ ਵੀ ਵਧੀਆ ਚਿਹਰਾ ਹੋਵੇ, ਉਹ ਵੱਖਰੀ ਗੱਲ ਆ। ਲੇਕਿਨ ਇੱਥੋਂ ਪਤਾ ਲੱਗਦਾ ਕਿ ਜਿਹੜੀ ਅਨੁਸ਼ਾਸਨ ਦੀ ਗੱਲ ਪਾਰਟੀ ਵਿੱਚ ਹੁੰਦੀ ਆ, ਉਹ ਆਮ ਲੋਕਾਂ ਦੇ ਵਿੱਚ ਨਹੀਂ ਜਾ ਰਹੀ। ਜਦੋਂ ਏਦਾਂ ਦੇ ਸੀਨੀਅਰ ਲੀਡਰ, ਚਲੋ ਫਤਿਹ ਸਿੰਘ ਬਾਜਵਾ ਤਾਂ ਇੰਨੇ ਵੱਡੇ ਲੀਡਰ, ਲੇਕਿਨ ਪ੍ਰਤਾਪ ਸਿੰਘ ਬਾਜਵਾ ਦੀ ਟਿੱਪਣੀਆਂ ਵੀ ਕਈ ਵਾਰੀ ਹੈਰਾਨ ਕਰਨ ਵਾਲੀਆਂ ਨੇ ਜੀ। ਉਹ ਕਹਿੰਦੇ ਹੁੰਦੇ ਨਾ, ਦੁੱਖ ਤਾਂ ਬਥੇਰੇ, ਤੁਸੀਂ ਹੋਰ ਦੁੱਖ ਨਾ ਵਧਾਓ ਜੀ, ਤੁਹਾਡੇ ਤੋਂ ਬਾਹਰੋਂ ਵੀ ਲਿਆ ਸਕਦੇ ਹਾਂ, ਅੱਗੇ ਬੜੀ ਤਕਲੀਫ ਆ। ਸਵਾਲ ਤਾਂ ਇਹ ਵੀ ਆ ਕਿ ਜਦੋਂ ਐਤਕੀ ਮੁੱਖ ਮੰਤਰੀ ਬਣਾਉਣ ਦਾ ਰੌਲਾ ਕਿੰਨੇ ਦਿਨ ਚੱਲਦਾ ਰਿਹਾ, 2-3 ਦਿਨ ਦਿੱਲੀ ਵਾਲੇ ਇੱਥੇ ਬੈਠੇ ਰਹੇ, ਉਦੋਂ ਪ੍ਰਤਾਪ ਸਿੰਘ ਬਾਜਵਾ ਦਾ ਦਿਲ ਵੀ ਧੱਕ ਧੱਕ ਕਰਦਾ ਹੋਣਾ ਕਿ ਯਾਰ ਜੇ ਅਸੈਂਬਲੀ ਚ ਹੁੰਦੇ ਤੇ ਮੈਂ ਵੀ ਕੈਂਡੀਡੇਟ ਹੁੰਦਾ, ਜੇ ਅਸੈਂਬਲੀ ਚ MLA ਹੁੰਦਾ ਤੇ ਦਾ ਲੱਗਦਾ, ਤੇ ਉਹਨਾਂ ਨੇ ਫਿਰ ਪੱਕਾ ਸੋਚਿਆ ਵੀ ਜ਼ਿੰਦਗੀ ਚ ਮੌਕੇ ਐ ਨਹੀਂ ਆਉਂਦੇ, ਬਾਹਰ ਬੈਠਿਆਂ ਵਿੱਚ ਬਹਿਣਾ ਪੈਂਦਾ, MLA ਬਣ ਕੇ ਜਾਣਾ ਹੈ। ਪਰ MLA ਬਣ ਲਈ ਐਤਕਾਂ ਘਰੋਂ ਲੜਨਾ ਪੈਣਾ, ਇਹ ਵੱਡਾ ਸਵਾਲ ਆ।
एक जांदे जांदे मैं कुछ सेकंड्स दे विच गल मुकाऊंगा। कल देर शाम नू मैनू मनजिंदर सिंह सिरसा नॉक करदे आ, वो कहिंदे आ कि तुसीं की समझदे हो कि पंजाब दे मसलियां नू कौन एड्रेस कर सकदा है ते पंजाब दे मसले की ने। तो कुदरती तौर ते मैं तां सवाल करना ही सी, कहिंदे जी तुसीं हर रोज ये गल करदे रहे कि पंजाब सिर 4 लाख करोड़ का कर्जा है, 3 लाख का अधिकारत है, 1 लाख करोड़ का लगभग दूजिया संस्थावां दा है, इनू कौन ला सकता है, कौन मदद कर सकता। पंजाब दे लोग हुण इत्थे हिस्सा पाउणगे वी असीं इह कर्जा आप ला लैणे आ, जां किहड़ी सरकार जिहड़ी राहतां रियायतां दे दौरान जिस तरह कर सकदी। दूजा सवाल मैनूं पुछदे आ कि पंजाब दी इंडस्ट्री शिफ्ट हो गई गुआंढी सूबिआं च, क्योंकि केंद्र ने गुआंढी सूबिआं नूं रियायत दित्ती टैक्सां विच। जे लड़ाई लड़नी होवे तां किहदे नाल लड़ांगे, केंद्र नाल लड़ांगे जिहदी सत्ता है। जे टैक्सां दीआं रियायतां केंद्र तों पंजाब लई वी लै के देणियां जां बराबर ते लियाउणियां तां किहदे कोल, पंजाब सरकार दऊगी, अकाली दल दऊगा, कांग्रेस दऊगी। फिर तीजा सवाल पुछदे आ कि सिखां दे जिहड़े बाहर वसदे आ उहनां दे मसलिआं नूं केंद्री हल करूगा ना, पंजाब दे विचले तां नहीं करनगे। तुसीं मैनूं दसो मैं गलती की कीती, और जे मैं ये सारे मसले हल कराउण दे विच अगे वधदा आं तां मैं गद्दार किवें आ, मैं गलत किवें आ, ये गल हुण नहीं होनी चाहीदी। सानूं केंद्र नाल टकराव चों हासिल की आ ये मनजिंदर सिंह सिरसा दीआं कुछ गल्लां सी जिन्हां ने अगे जा के बहस का विशा बनना है, जिन्हां ने पंजाब की सियासी जिहड़े दृश्य विच चोण राजनीति च उछलना है। बीजेपी पंजाब दे विच अपना चेहरा साफ करूगी, वो पंजाब लई की कुछ कर सकते आ, मेरा ख्याल वो इसे ही ली ते अगे वधणगे। सो मैनूं लगदा है मनप्रीत जी ये टिप्पणियां दे उत्ते अगे बहस तुरनी आ तां यही नैरेटिव सैट होना। मैं जांदे जांदे छोटी जी तुहाडी टिप्पणी लै के अगे वधना चाहूंगा, प्रोग्राम नूं समापन वल लैके जाना चाहूंगा। बस एक ही लाइन च टिप्पणी है जी, मैनू वही फिर जनरल सकत्तर ने श्रोमणी अकाली दल दे करनैल सिंह पंजोली उन्हां दी वो टिप्पणी साफ याद आती है कि होया जे मनजिंदर सिंह सिरसा चले गए हुण जी साडे बहुत सारे सिखां दे मसले हल हो जाणगे, इस नूं इस हिसाब नाल वी लो। सो जी इस दा सारा सार यही है कि कई लोग उन्हां नूं इस रूप दे विच वी देख रहे ने। जी रंधावा जी, ये लोगों ने फैसला करना है कि वो की राय रखते हैं। ये मनजिंदर सिंह सिरसा नूं मैनूं कई गलियां गल्लां ने जिन्हां नूं मैं ये समझदा कि बीजेपी का अगले दिनों च यही नैरेटिव पंजाब नूं लैके रहने वाला है, ते इलैक्शन इन्हां मुद्दों ते ही लड़ी जानी है। बहुत मेहरबानी। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।